ਜਿਹੜੇ ਗੱਲ ਕਰਦੇ ਵੀ ਬੇਅਦਬੀ ਵੇਲੇ ਐਂ ਨਹੀਂ ਕਰਦੇ ਜੀ, ਇਹ ਕਾਮਰੇਡ ਜੀ ਫਲਾਨਾ ਜੀ, ਮੈਂ ਕਹਿੰਦਾ ਬੇਅਦਬੀਆਂ ਦੇ ਮੁੱਦੇ ਦੇ ਉੱਤੇ, ਬੰਦੀ ਸਿੰਘਾਂ ਦੀ ਰਿਹਾਈ ਦੇ ਉੱਤੇ ਪੂਰੀ ਕੌਮ ਵੱਲੋਂ ਕੌਮੀ ਇਨਸਾਫ ਮੋਰਚਾ ਲੱਗਿਆ ਚੰਡੀਗੜ੍ਹ ਪਰ ਜਾ ਕੇ ਉੱਥੇ ਖੜ ਜਾਣ। ਇਹ ਇਕੱਲੇ ਫੇਸਬੁੱਕ 'ਤੇ ਘਰੇ ਬੈਠੇ ਬਈ ਜੀ ਭੌਂਕਣ ਵਾਲੇ ਲੋਕ, ਫੇਸਬੁੱਕ 'ਤੇ ਮੈਂ ਉਹਨਾਂ ਨੂੰ ਸ਼ਬਦ ਨਹੀਂ ਵਰਤਣਾ ਚਾਹੁੰਦਾ ਜਿਹੜੇ ਭਕਾਈ ਮਾਰਦੇ ਆ, ਅਸੀਂ ਕਹਿ ਦਿੰਦੇ ਹਾਂ। ਉਹ ਕਹਿੰਦਾ ਸਾਨੂੰ ਵੱਖਰੇ ਸੂਬੇ ਦੀ ਵੀ ਹੁਣ ਗੱਲ ਕਰਨੀ ਚਾਹੀਦੀ ਆ, ਉਹ ਮਹਾਂ ਲੈ ਲਿਓ ਵੱਖਰਾ ਸੂਬਾ ਜੀ ਨੇ ਲੈਣਾ, ਜਿਹੜੇ ਅੱਜ ਬਾਹਰ ਬੈਠੇ ਗੱਲਾਂ ਕਰਦੇ ਨਾ ਇੱਥੇ ਆ ਕੇ ਲਾ ਕੇ ਮੋਰਚਾ ਤੁਸੀਂ ਲੈ ਲਓ ਜਿਹੜਾ ਕੁਛ ਲੈਣਾ। ਅੱਜ ਉਹ ਆਈਸੋਲੇਟ ਕਰਨ ਨੂੰ ਫਿਰਦੇ ਆ ਅਤੇ ਤੁਸੀਂ ਉਹਨਾਂ ਦੇ ਫੇਵਰ ਦੇ ਵਿੱਚ ਭੁਗਤ ਰਹੇ ਹੋ ਜੀ। ਪਰਸੋਂ ਚੌਥੇ ਦਾ ਮੈਂ ਕਿ ਮਸਲੇ ਚੱਲ ਰਿਹਾ ਕਾਮਰੇਡ ਵਰਸਿਸ ਸਿੱਖ ਦਾ, ਫਿਰ ਮੈਂ ਕਿ ਮਸਲਾ ਉਭਾਰਿਆ ਜਾ ਰਿਹਾ। ਇਹ ਉਭਾਰ ਜਿਹੜੇ ਰਹੇ ਆ ਨਾ ਜਿਹੜੇ ਭਕਾਈ ਮਾਰ ਰਿਹਾ ਲੋਕ, ਇਹ ਸਾਰੇ ਲੋਕ ਉਹੀ ਨੇ ਬਾਈ ਜੀ ਜਿਹੜੇ ਕਿਤੇ ਨਾ ਕਿਤੇ ਸਰਕਾਰ ਦੇ ਹੱਥ ਟੋਕਿਆ। ਮੈਂ ਤਾਂ ਕਹਿੰਦਾ ਚਡੂਨੀ ਨੇ ਬੜਾ ਗਲਤ ਬਿਆਨ ਦਿੱਤਾ ਯਾਰ। ਚਡੂਨੀ ਕਹਿੰਦਾ ਕੀ ਹੈ ਵੀ ਇਹ ਸਿਰਫ ਆਪਦੀ ਕਿ ਆਪ ਨੂੰ ਵੱਡਾ ਕਰਨ ਵਾਸਤੇ ਜਾਂਦੇ ਆ। ਓਏ ਉੱਥੇ ਕੀ ਹੈ, ਜਾਣ ਤਲੀ ਦੇ ਧਰੀ ਫਿਰਦਾ। ਦੋਨੇ ਆਗੂਆਂ ਨੂੰ ਪਤਾ ਕਿ ਜੇ ਕਿਸਾਨ ਵਾ ਕੇ ਇੱਥੋਂ ਮੁੰਡੇ ਲੰਘ ਜਾਂਦੇ ਆ, ਕੋਈ ਕੱਲ੍ਹ ਨੂੰ ਮਿਸਹੈਪਨਿੰਗ ਹੁੰਦੀ ਆ, ਤਾਂ ਉਹਨਾਂ ਦੀ ਕੀ ਹੈ ਚੜ੍ਹਾਈ ਦੀ ਥਾਂ 'ਤੇ ਉਹਨਾਂ ਦੇ ਜਿਹੜੇ ਟੈਗ ਲੱਗਣੇ ਆ, ਦਾਗ ਲੱਗਣੇ ਆ, ਬਹੁਤ ਬੁਰੇ ਤਰੀਕੇ ਨਾਲ ਲੱਗਣੇ ਆ। ਹੁਣ ਵੀ ਸਾਡੇ ਬੁੱਧੀਜੀਵੀ ਬੈਠੇ ਭਕਾਈ ਮਾਰੀ ਜਾਂਦੇ ਆ, ਕਈ ਮੈਂ ਕਿ ਚੈਨਲਾਂ 'ਤੇ ਬੈਠੇ ਕਹਿੰਦੇ ਉਹੀ ਸੰਗਠਨ ਆ ਜਿਹੜਾ ਇੰਡਿਸਿਪਲਿਨ ਕ੍ਰੀਏਟ ਕਰਦਾ। ਉਹ ਯਾਰ ਮਾੜੀ ਮੋਟੀ ਸ਼ਰਮ ਮੰਨਣੀ ਚਾਹੀਦੀ ਉਹਨਾਂ ਬੁੱਧੀਜੀਵੀਆਂ ਨੂੰ। ਇੱਕ ਕਾਨੂੰਨ ਬਣਿਆ ਹੋਇਆ ਸੰਸਦ ਦੇ ਵਿੱਚ, ਮੈਂ ਕਿ ਪ੍ਰੋਪਰਟੀ ਨੂੰ ਡੈਮੇਜ ਜੇ ਕੋਈ ਪਹੁੰਚਾਉਂਦਾ ਪ੍ਰਾਈਵੇਟ, ਚਾਹੇ ਕੀ ਹੈ ਪਬਲਿਕ ਪ੍ਰੋਪਰਟੀ ਨੂੰ, ਤਾਂ ਉਹਦੇ 'ਤੇ ਪਰਚਾ ਦਰਜ ਹੋਣਾ ਚਾਹੀਦਾ। ਅੱਜ ਪੰਜਾਬ ਸਰਕਾਰ ਚੁੱਪ ਕਿਉਂ ਆ? ਇਹ ਦਿੱਲੀ 'ਚੋਂ ਜਾ ਕੇ ਕੀ ਆ ਸਾਡਾ ਪਿੱਛੇ ਜੇ ਇੱਕ ਚੱਡੇ ਨਾਂ ਦਾ ਮੈਂ ਕਿਹੜਾ ਬੰਦਾ ਫੜ ਕੇ ਲਿਆਉਣਿਆ ਤਾਂ ਹਰਿਆਣਾ ਪੁਲਿਸ ਉਹਨੂੰ ਖੋਹ ਲੈਂਦੀ ਆ, ਤਾਂ ਤੁਸੀਂ ਕਿਵੇਂ ਫੜ ਸਕਦੇ ਹੋ ਇਹਨੂੰ? ਤਾਂ ਫਿਰ ਅਸੀਂ ਉਹਨਾਂ ਦੇ ਪਰਚੇ ਕਿਉਂ ਨਹੀਂ ਦਰਜ ਕਰ ਸਕਦੇ? ਅਗਰਾਹਾਂ ਸਾਹਿਬ ਨੇ ਕਾਲ ਕਿੱਥੋਂ ਨਹੀਂ ਦਿੱਤੀ ਆ ਬਾਈ ਜੀ? ਚੰਡੀਗੜ੍ਹ ਘਿਰਨ ਦੀ, ਜਿਵੇਂ ਪਿਛਲੇ ਵਾਰੀ ਅੰਦੋਲਨ 'ਚ ਕੀ ਹੋਇਆ ਸੀ, ਕੈਪਟਨ ਅਮਰਿੰਦਰ ਸਿੰਘ ਨੂੰ ਚਾਅ ਚੜਿਆ ਹੋਇਆ ਸੀ ਵੀ ਜਾ ਕੇ ਦਿੱਲੀ ਨਾਲ ਲੜਨ, ਕਿਉਂ ਸਾਲੇ 'ਤੇ ਕੀ ਆ ਟਾਰਾਂ ਲਈਆਂ ਨਜ਼ਾਰੇ ਲਏ, ਨਵੀਂ ਸਰਕਾਰ ਕੀ ਇੱਥੇ ਨਜ਼ਾਰੇ ਨਾ ਲਵੇ ਦੇ ਵਾਸਤੇ ਹੁਣ ਅਗਰਾਹਾਂ ਸਾਹਿਬ ਨੇ ਕੀ ਸੱਦਾ ਦਿੱਤਾ? ਚੰਡੀਗੜ੍ਹ ਘਿਰਨ। ਖੇਤੀਬਾੜੀ ਸਟੇਟ ਲਿਸਟ ਆ, ਸੂਬੇ ਦਾ ਮੈਟਰ ਆ, ਖੇਤੀ ਨੀਤੀ ਦੀ ਲੋੜ ਆ, ਉਹ ਕਿਹਨੇ ਬਣਾਉਣੀ ਆ? ਸੂਬਾ ਸਰਕਾਰ ਨੇ। ਉਹਦੇ 'ਤੇ ਅਗਰਾਹਾਂ ਸਾਹਿਬ ਨੇ ਕੀ ਆ ਵਿਪਤਾ ਪਾ ਰੱਖੀ ਹੈ ਇਹਨਾਂ ਨੂੰ। ਹੁਣ ਮੋਦੀ ਅਰਗ ਨੇ ਭਾਰਤ ਰਤਨ ਦਿੱਤੇ, ਉਹਨੇ ਸੋਚਿਆ ਵੀ ਕੀ ਆ, ਅਸੀਂ ਖਾਲੀ ਲੋਕਾਂ ਦੇ ਦਿਲ ਜਿੱਤ ਲਾਂਗੇ। ਇੱਕ ਉਹ ਚੌਧਰੀ ਦੇ ਮਾਕੇ, ਚੌਧਰੀ ਨੂੰ ਮਾਕੇ ਦਿੱਤਾ ਉਹਨਾਂ ਨੇ, ਠੀਕ ਹੈ ਨਾ। ਇੱਕ ਦੂਸਰਾ ਜਿਹੜਾ ਸਵਾਮੀਨਾਥਨ ਨੂੰ ਦਿੱਤਾ। ਹੁਣ ਉਹ ਸਾਡੇ ਜਿਵੇਂ ਮੈਂ ਕਹਿਣਾ ਹੁੰਦਾ ਕਿ ਅਸੀਂ ਬਾਬੇ ਨਾਨਕ ਨੂੰ ਮੰਨਦੇ, ਬਾਬੇ ਨਾਨਕ ਦੀ ਨਹੀਂ ਮੰਨਦੇ, ਅਤੇ ਮੈਂ ਕਹਿੰਦਾ ਸਵਾਮੀਨਾਥਨ ਨੂੰ ਤਾਂ ਮੰਨਦੇ, ਸਵਾਮੀਨਾਥਨ ਦੀ ਨਹੀਂ ਮੰਨਦੇ ਯਾਰ। C2 ਫਾਰਮੂਲਾ ਲਾਗੂ ਕਰਨ ਦੀ ਗੱਲ ਹੀ ਇਹ ਕਹਿ ਰਹੇ ਅਤੇ ਗਰੰਟੀ ਦੇਣ ਦੀ ਗੱਲ ਕਰ ਰਹੇ ਹੋ। ਤੁਸੀਂ ਕਹਿੰਦੇ ਕੰਡਿਆਲੀਆਂ ਤਾਰਾਂ ਵਿਛਾਤੀਆਂ, ਆਹ ਵਿਛਾਤੀਆਂ, ਲੋੜ ਆ ਤੁਹਾਨੂੰ ਬੈਠ ਕੇ ਸਮੱਸਿਆ ਦੇ ਹੱਲ ਕਰਨ ਦੀ। ਉਹਨੇ ਚਪੇੜ ਮਾਰੀ ਹੈ ਮੋਦੀ ਦੇ ਮੂੰਹ 'ਤੇ, ਸਵਾਮੀਨਾਥਨ ਦੀ ਬੇਟੀ ਨੇ, ਅਤੇ ਉਹਨੇ ਉਹ ਕਿਉਂਕਿ ਉਹ ਜਾਣਦੀ ਹੈ ਕਿ ਇਹ ਮੰਗ ਕੀ ਕਰਦੇ ਆ। ਮੈਂ ਕਹਿੰਦਾ ਇਹ ਕਿਸਾਨ ਅੰਦੋਲਨ ਦਾ ਬੈਨੀਫਿਟ ਆ। ਕਈ ਲੋਕਾਂ ਦੇ ਨਾ ਕਿਆਸ ਰੰਗਾਂ ਨੇ ਵੀ ਇਹਦਾ ਫਾਇਦਾ ਫਲਾਨਾ ਲੈ ਰਿਹਾ ਜੀ, ਫਲਾਨਾ ਕਾਂਗਰਸ ਫਾਇਦਾ ਲੈ ਜੂ, ਇਹਦਾ ਫਾਇਦਾ ਇਕੱਲੇ ਕਿਸਾਨਾਂ ਨੂੰ ਹੋਣਾ ਯਾਦ ਰੱਖਿਓ ਮੇਰੀ। ਕਾਂਗਰਸ ਦਾ ਹੱਕ ਸੀ, ਮੈਂ ਕਹਿੰਦਾ ਵੀ 13 ਤਰੀਕ ਦਾ ਸ਼ੁਰੂ ਹੋਇਆ, ਆਹ 2 ਦਿਨ ਲੰਘੇ ਆ, ਦੋਨਾਂ ਦਿਨਾਂ 'ਚ ਪੂਰੇ ਮੁਲਕ ਦੀ ਹਰੇਕ ਰਾਜਧਾਨੀ 'ਚ ਕਿਉਂ ਨਹੀਂ ਜਾ ਕੇ ਇਹਨਾਂ ਨੇ ਪ੍ਰੋਟੈਸਟ ਕੀਤੇ ਅਤੇ ਲੋਕਾਂ ਨੇ ਕਿਸਾਨਾਂ ਦੇ ਹੱਕ 'ਚ ਹਾਅ ਦਾ ਨਾਰਾ ਮਾਰਿਆ? ਸਿਰਫ ਇਕੱਲੇ ਸ਼ਬਦੀ ਬਿਆਨ ਨੇ। ਉਸ ਤੋਂ ਬਿਨਾਂ ਅਕਾਲੀ ਦਲ ਨੇ ਕੀ ਸਟੇਟਮੈਂਟ ਦਿੱਤੀ ਆ? ਸਿਰਫ ਉਹ ਕੀ ਆ, ਉਹਨਾਂ ਨੇ ਆਪਦੀ 1 ਦਿਨ ਵਾਸਤੇ ਯਾਤਰਾ ਰੋਕਤੀ। ਹਾਲਾਂਕਿ ਤੁਹਾਨੂੰ ਮੈਂ ਕਿ ਬਿਹਤਰ ਪਤਾ ਹੋਊ, ਪੰਜਾਬ ਦੇ ਲੋਕਾਂ ਨੂੰ ਵੀ ਪਤਾ ਵੀ 13 ਤਰੀਕ ਨੂੰ ਸੁਖਬੀਰ ਬਾਦਲ ਦਿੱਲੀ ਪਹੁੰਚਿਆ ਹੋਇਆ ਸੀ ਮੈਂ ਕਿ ਸਮਝੌਤਾ ਸਿਰੇ ਲਾਉਣ। ਹੁਣ ਇਹ ਕਹਿ ਰਿਹਾ ਕਿ MSP ਮੈਂ ਦੇਊਂਗਾ, ਮੈਨੂੰ ਜਿੱਤਾ ਦੇ ਬਾਈ ਜੀ। MSP ਦੇ ਚੁਟਕੀ ਵਾਲਾ ਮੰਤਰੀ ਵੀ ਕਹਿੰਦਾ ਸੀ ਆਪ ਵਾਲਿਆਂ ਦਾ, ਤੜਕੇ ਨੂੰ ਕਹਿੰਦੀ MSP ਦਿੰਦੇ ਆ, ਤੁਸੀਂ ਕਿਹਾ ਅਮਰਿੰਦਰ ਸਿੰਘ ਅਸਤੀਫਾ ਦੇਵੇ, ਹੁਣ ਤਾਂ ਭਾਈ ਬੀਬਾ ਸਰਕਾਰ ਵੀ, ਤੁਹਾਡੀ ਮੰਤਰੀ ਵੀ ਤੁਸੀਂ। ਇਹ ਗੱਲ ਯਾਦ ਰੱਖਿਓ, ਸਾਰੀਆਂ ਕਿਸਾਨ ਸੰਗਠਨਾਂ ਨੂੰ ਲੋਕ ਇਕੱਠੇ ਕਰਨਗੇ। ਕੱਲ੍ਹ ਸ਼ੇਰੋ ਪਿੰਡ ਦੇ ਵਿੱਚ ਇਕੱਠ ਹੁੰਦਾ, ਅਗਰਾਹਾਂ ਜਥੇਬੰਦੀ ਇਕੱਠ ਕਰਦੇ ਆ, ਤਾਂ ਲੋਕ ਕਹਿੰਦੇ ਵੀ ਜੇ ਹੁਣ ਨਹੀਂ ਜਾਣਾ, ਸਾਡੇ ਭਾਈਆਂ ਦੇ ਕੁੱਟ ਪਈ ਜਾਂਦੇ, ਫਿਰ ਜਾਣਾ ਕਦੋਂ ਆ? ਤੁਸੀਂ ਕਦੋਂ ਫੈਸਲੇ ਲਓਗੇ? ਉਹਨਾਂ ਲੋਕਾਂ ਨੇ ਕੀ ਆਪਦੇ ਆਗੂਆਂ ਨੂੰ ਲੋਕ ਪੈ ਰਹੇ ਆ ਕਿ ਪੰਜਾਬ ਦੇ ਲੋਕ ਤਾਂ ਖੁਸ਼ ਨੇ, ਉਹ ਮੈਂ ਕਿ ਰੱਜੇ ਵੀ ਟੀਟਨੇ ਮਾਰਦੇ ਆ। ਇਹ ਗੱਲ ਸਾਨੂੰ ਕੀ ਆ, ਦਿਖਾਇਆ ਜਾ ਰਿਹਾ ਕਿ ਟਵਿੱਟਰ ਦੇ ਉੱਤੇ ਵੀ ਮੈਂ ਕਿ ਇਹਨਾਂ ਦਾ ਜਿਹੜਾ ਸੋਸ਼ਲ ਮੀਡੀਆ ਮੈਂ ਕਿ ਹੈਂਡਲ ਨੇ ਨਾ, ਉਹ ਦਿਖਾ ਕੀ ਰਹੇ ਆ ਵੀ ਇਹਨਾਂ ਕੋਲ ਜੀ ਐਪਲ ਮੈਂ ਕਿ 15 ਗਾ, ਇਹਨਾਂ ਕੋਲ ਆਹ ਫੋਨ ਨੇ। ਸੌਖੇ ਵੀ ਉਹਦੇ ਨਾਲ ਕਹਿੰਦੇ ਕਿ ਵਿਹਲੇ ਵੀ ਹੋ ਗਏ, ਹੁਣ ਵਿਹਲੇ ਵੀ ਹੈ, ਕੰਮ ਸਭ ਤੋਂ ਘੱਟ ਕਰਦੇ ਆ। ਮੈਂ ਕਹਿੰਦਾ ਜੀ ਜਿਹੜਾ ਕੰਮ ਨਾ ਕੋਈ ਬੰਦਾ ਖੇਤੀ ਕਰਕੇ ਦੇਖ, ਉਹਨੂੰ ਪਤਾ ਵੀ ਕਿ ਬੰਦੇ ਦਾ ਕੀ ਹੈ, 12 ਮਹੀਨੇ ਕੰਮ ਨਹੀਂ ਮੁੱਕਦਾ।
ਹੁਣ ਕਈ ਕਹਿੰਦਾ ਜੇ ਵਾਟਰ ਕੈਨਨ ਲਈ ਫਿਰਦੇ ਹੋ, ਵਾਟਰ ਕੈਨਨ ਨਹੀਂ ਸਾਡੇ ਤਾਂ ਸਪਰੇਆਂ ਵਾਲੇ ਪੰਪ ਨੇ, ਉਹਦੇ ਨਾਲ ਬਾਈ ਜੀ ਜਿਹੜੇ ਮਾਈਕੋ ਸਿੱਟਦੇ ਆ ਉਧਰੋਂ ਬੰਬ, ਉਹਨਾਂ ਨੂੰ ਸਿਰਫ ਅਸੀਂ ਕੀ ਆ ਪਾਣੀ ਦੇ ਨਾਲ ਉਹਨੂੰ ਕਵਰ ਕਰਨਾ, ਰੋਕਣਾ ਕਿ ਇੱਕ ਅੰਨਾ ਹਜ਼ਾਰੇ ਬਹਿੰਦਾ ਇੱਕ ਸਾਬਕਾ ਫੌਜੀ ਜੰਤਰ ਮੰਤਰ 'ਤੇ ਜਾ ਕੇ ਅਤੇ ਕਾਂਗਰਸ ਦੀਆਂ ਜੜਾਂ ਪੱਟ ਦਿੰਦਾ ਇੱਕ ਬੰਦਾ, ਅਤੇ ਅੱਜ ਕੀ ਆ ਜਿਹੜਾ ਜਾਣ ਨੂੰ ਕਹਿੰਦੇ ਆ ਨਾ ਤੂੰ ਜੰਤਰ ਮੰਤਰ ਨਾ ਜਾਣ ਦੇਗਾ, ਜਿੱਥੇ ਵੀ ਬੈਠ ਗਏ ਇਹ ਜੜਾਂ ਪੱਟ ਦੇਣਗੇ। ਲੋਕਵਾਸ ਟੀਵੀ ਨਾਲ ਜੁੜਿਆ ਤੁਸੀਂ, ਮੈਂ ਹਮਤਾਜ। ਕਿਸਾਨ ਅੰਦੋਲਨ ਭਾਗ ਦੂਜੇ ਦਾ ਆਗਾਜ਼ ਹੋ ਚੁੱਕਿਆ, 3 ਦਿਨ ਹੋ ਗਏ ਆ, ਬਾਰਡਰਾਂ ਦੇ ਉੱਤੇ ਕਿਸਾਨ ਬੈਠੇ ਆ, ਗੋਲਾਬਾਰੀ ਗੋਲੀਬਾਰੀ ਸਾਰਾ ਕੁਝ ਹੋ ਰਿਹਾ। ਇਹ ਅੰਦੋਲਨ ਛਿੜਿਆ ਕਿਉਂ, ਕਿਉਂ ਇਹਦੀ ਲੋੜ ਆ, ਕਿਹੜੀਆਂ ਉਹ ਮੰਗਾਂ ਜਿਹੜੀਆਂ ਮਨਵਾਉਣ ਦੇ ਲਈ ਦੁਬਾਰਾ ਕਿਸਾਨਾਂ ਨੂੰ ਦਿੱਲੀ ਜਾਣਾ ਪੈ ਰਿਹਾ, ਅਤੇ ਹੋਰ ਜਿੰਨੀਆਂ ਵੀ ਗੱਲਾਂ ਬਾਤਾਂ ਲੋਕਾਂ ਦੇ ਮਨ ਦੇ ਵਿੱਚ ਸਵਾਲ ਹੈ ਉਹਨਾਂ ਸਾਰਿਆਂ ਦੇ ਜਵਾਬ ਲਵਾਂਗੇ। ਸਾਡੇ ਨਾਲ ਲੋਕ ਅਧਿਕਾਰ ਲਹਿਰ ਤੋਂ ਬਈ ਰੁਪਿੰਦਰ ਜੀ ਮੌਜੂਦ ਨੇ। ਬਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਬਈ ਜਿਹੜੀਆਂ ਮੰਗਾਂ ਨੇ ਉਹ ਕਿਹੜੀਆਂ ਮੰਗਾਂ ਨੇ ਜਿਹੜੀਆਂ ਕਿਸਾਨ ਹੁਣ ਦੁਬਾਰਾ ਦਿੱਲੀ ਚੱਲਿਆ, ਦੁਬਾਰਾ ਜਾਣਾ ਪੈ ਗਿਆ, ਇਹ ਮੰਗਾਂ ਦੇ ਬਾਰੇ ਗੱਲਬਾਤ। ਮੰਗਾਂ ਤਾਂ ਬਾਈ ਜੀ ਮੇਨ ਸਾਰੇ ਮੁਲਕ ਨੂੰ ਵੀ ਪਤਾ ਨੇ, ਅਤੇ ਮੈਂ ਕਹਿੰਦਾ ਵੀ ਸਮੁੱਚੇ ਜਿਹੜੇ ਲੋਕ ਇਹਦੇ ਨਾਲ ਜੁੜੇ ਹੋਏ ਨੇ ਅਤੇ ਸਾਰਾ ਮੀਡੀਆ ਵਾਰ ਵਾਰ ਦਿਖਾ ਵੀ ਰਿਹਾ, ਪਰ ਮੈਂ ਕਹਿੰਦਾ ਵੀ ਅੱਜ ਜਿਹੜੀ ਸਭ ਤੋਂ ਵੱਡੀ ਗੱਲ ਕੀ ਆ ਵੀ ਅੱਜ ਸਰਕਾਰ ਇੱਕ ਪਾਸੇ ਤਾਂ ਕੀ ਆ ਸਾਡੇ ਕਿਸਾਨ ਆਗੂਆਂ ਨੂੰ ਬੁਲਾ ਰਹੀ ਆ, ਇੱਕ ਪਾਸੇ ਸਾਰੇ ਅਖਬਾਰਾਂ 'ਚ ਇੱਕ ਇਸ਼ਤਿਹਾਰ ਦਿੱਤਾ ਗਿਆ ਜਿਹਦੇ ਵਿੱਚ ਕਿਹਾ ਗਿਆ ਕਿ ਪੰਜਾਬ ਦੇ ਕਿਸਾਨ ਫਾਲਤੂ ਅੰਦੋਲਨ ਕਰ ਰਹੇ ਆ। ਮੈਂ ਕਹਿੰਦਾ ਵੀ ਪੰਜਾਬ ਦੇ ਲੋਕਾਂ ਨੂੰ ਨਹੀਂ, ਪੂਰੇ ਮੁਲਕ ਨੂੰ, ਪੂਰੇ ਵਰਲਡ ਨੂੰ ਪਤਾ ਕਿ ਪੰਜਾਬ ਨੇ ਕਿ ਪੰਜਾਬ ਦੇ ਲੋਕ ਮੰਗ ਕੀ ਰਹੇ ਆ। ਕੱਲੀਆਂ 2 ਜਥੇਬੰਦੀਆਂ ਨਹੀਂ ਬਾਈ, ਜਿਹੜਾ 16 ਨੂੰ ਬੰਦ ਦਾ ਸੱਦਾ ਦਿੱਤਾ ਉਹਦੇ ਵਿੱਚ ਵੀ ਮੰਗਾਂ ਇਹੀ ਨੇ, ਅਤੇ ਮੰਗਾਂ ਹਨ ਕੀ MSP ਦੀ ਗਰੰਟੀ ਮੰਗੀ ਗਈ ਆ, ਕੀ ਇਹ ਇਕੱਲੇ ਪੰਜਾਬ ਖਾਤਰ ਮੰਗੀ ਗਈ ਜਾਂ ਇਕੱਲੇ ਪੰਜਾਬ ਦੇ ਕਿਸਾਨਾਂ ਖਾਤਰ ਮੰਗੀ ਗਈ ਆ। ਦੂਜਾ ਜਿਹੜਾ ਕੀ ਹੈ, ਇਹ ਮੰਗ ਹੈਗੀ ਆ ਜਿਹੜਾ ਅਸੀਂ ਬਾਹਰੋਂ ਇੰਪੋਰਟ ਕੀਤੀ ਜਾਂਦੀ ਹੈ, ਖੇਤੀ ਜਿਣਸਾਂ ਬਾਹਰੋਂ ਮੰਗਾਈਆਂ ਜਾਂਦੀਆਂ ਨੇ, ਉਹਨਾਂ 'ਤੇ ਇੰਪੋਰਟ ਡਿਊਟੀ ਸਰਕਾਰ ਬੰਦ ਕਰ ਰਹੀ ਹੈ, WTO ਦੇ ਅੰਡਰ ਹੋਣ ਕਰਕੇ ਬਹੁਤ ਚੀਜ਼ਾਂ ਨੇ, ਅਤੇ ਉਸੇ WTO 'ਚੋਂ ਬਾਹਰ ਆਉਣ ਦੀ ਸ਼ਰਤ ਜਿਹੜੀ ਹੈਗੀ ਆ ਇਹ ਵੀ ਕੀ ਆ, WTO 'ਚੋਂ ਜੰਮ ਜੰਮ ਕਹਿੰਦੇ ਵਪਾਰ ਕਰੋ ਪਰ ਯਾਰ ਖੇਤੀ ਨੂੰ ਛੱਡ ਦਿਓ, ਠੀਕ ਹੈ ਨਾ। ਖੇਤੀ ਨੂੰ WTO 'ਚੋਂ ਬਾਹਰ ਕੱਢਣ ਦੀ ਮੰਗ ਕੀਤੀ ਗਈ ਆ, ਅਤੇ ਇੰਪੋਰਟ ਡਿਊਟੀ ਲਾਉਣ ਦੀ ਗੱਲ ਕੀਤੀ ਗਈ ਆ ਜਿਣਸਾਂ ਦੇ ਉੱਤੇ। ਹੁਣ ਜਦੋਂ ਕੀ ਆ ਕਿਸੇ ਚੀਜ਼ਾਂ ਦਾ ਰੇਟ ਇੰਟਰਨੈਸ਼ਨਲ ਮਾਰਕੀਟ 'ਚ ਵੱਧਦਾ ਅਤੇ ਸਕੇਅਰ ਸਿਟੀ ਪੈਦਾ ਹੁੰਦੀ ਆ, ਉਹਦੀ ਥੁੜ ਪੈਦਾ ਹੁੰਦੀ ਆ, ਤਾਂ ਉਦੋਂ ਕੀ ਉਹਨਾਂ ਨੂੰ ਬਾਹਰ ਭੇਜਣ 'ਤੇ ਰੋਕ ਲਾ ਦਿੱਤੀ ਜਾਂਦੀ ਤਾਂ ਕਿ ਜ਼ਿਮੀਂਦਾਰ ਵੱਧ ਨਾ ਫਾਣਾ ਕਮਾ ਲਏ। ਤਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਹੜਾ ਜ਼ਿਮੀਂਦਾਰ ਕੀ ਆ ਵਿਰੋਧ ਕਰ ਰਿਹਾ, ਉਸ ਤੋਂ ਬਿਨਾਂ ਮੈਂ ਕਹਿੰਦਾ ਵੀ ਸਮੱਸਿਆਵਾਂ ਕੱਲੀਆਂ ਨਹੀਂ, ਕਰਜ਼ਾ ਮਾਫੀ ਦੀ ਮੰਗ ਕੀਤੀ ਗਈ ਆ, ਤੋਂ ਅੱਜ ਦੀ ਨਹੀਂ ਕੀਤੀ ਗਈ, 2018 ਦੇ ਵਿੱਚ 115 ਨੰਬਰ ਬਿੱਲ ਪੇਸ਼ ਕੀਤਾ ਗਿਆ ਸੀ, ਉਹ ਇੱਕ ਪ੍ਰਾਈਵੇਟ ਬਿੱਲ ਸੀ ਜਿਹਨੂੰ ਕੰਸਿਡਰ ਹੀ ਨਹੀਂ ਕੀਤਾ ਇਹਨਾਂ ਨੇ। ਤਾਂ ਇਹ ਜਿਹੜੀਆਂ ਮੇਨ ਮੰਗਾਂ ਹੈਗੀਆਂ ਨੇ, ਬਾਏ ਪ੍ਰੋਡਕਟ ਮੰਗਾਂ ਜਿਹੜੀਆਂ ਹੈਗੀਆਂ ਉਹ ਬਾਅਦ ਦੀਆਂ ਮੰਗਾਂ ਨੇ, ਉਹਦੇ ਉਹਨਾਂ ਨੂੰ ਅਹਿਮੀਅਤ ਵੀ ਕਿਸਾਨ ਆਗੂ ਇਹਨਾਂ ਨਹੀਂ ਦੇ ਰਹੇ। ਬਾਏ ਪ੍ਰੋਡਕਟ ਜਿਹੜੇ ਕਿ ਆ ਪਹਿਲੇ ਅੰਦੋਲਨ ਦੇ ਵਿੱਚੋਂ ਕੁਛ ਚੀਜ਼ਾਂ ਪੈਦਾ ਹੋਈਆਂ, ਲਖੀਮਪੁਰ ਖੀਰੀ ਦਾ ਇਨਸਾਫ ਆ, ਕਿਸਾਨਾਂ ਨੂੰ ਦੇਣ ਵਾਲੇ ਮੁਆਵਜ਼ੇ ਦੀ ਵੀ ਗੱਲ ਕੀਤੀ ਜਾਂਦੀ ਆ, ਅਤੇ ਉਸ ਤੋਂ ਬਿਨਾਂ ਜਿਹੜੇ ਪਰਚੇ ਪਾਏ ਗਏ ਸੀ ਅਜੇ ਤੱਕ ਰੱਦ ਨਹੀਂ ਕੀਤੇ ਗਏ। ਤਾਂ ਉਹਨਾਂ ਸਾਰਿਆਂ ਜਿਹੜੇ ਬਾਏ ਪ੍ਰੋਡਕਟ ਦੀ ਗੱਲ ਨਹੀਂ ਕੀਤੀ, ਜਿਹੜੇ ਮੇਨ ਮੁੱਦਿਆਂ ਦੀ ਗੱਲ ਕੀ ਹੈ ਕਰ ਰਹੇ ਆ ਸਾਡੇ ਮਾ ਕੇ ਲੋਕ, ਠੀਕ ਹੈ ਨਾ, ਕਿਸਾਨ ਆਗੂ ਕਰ ਰਹੇ ਆ ਉਹ। ਯਾਰ ਮੈਂ ਕਹਿੰਦਾ ਵੀ ਪੂਰੇ ਦੁਨੀਆਂ ਦੇ ਲੋਕ ਅੱਜ ਕੀ ਆ ਸ਼ਾਂਤੀ ਫੈਲੀ ਆ ਕਿਸਾਨਾਂ 'ਚ, ਅੱਜ ਪੂਰਾ ਯੂਰਪ ਕੀ ਆ ਸੜਕਾਂ 'ਤੇ ਆਇਆ ਪਿਆ, ਤਾਂ ਉਹਦੀ ਜਿਹੜਾ ਸ਼ੁਰੂਆਤ ਸੀ ਉਹ ਪੰਜਾਬ ਨੇ ਕੀਤੀ ਸੀ, ਅਤੇ ਐਦੂ ਚੰਗਾ ਮੌਕਾ ਨਹੀਂ ਹੋ ਸਕਦਾ ਪੰਜਾਬ ਦੇ ਲੋਕਾਂ ਵਾਸਤੇ ਇਸ ਚੀਜ਼ ਦੇ ਉੱਤੇ ਬਜਿੱਦ ਹੋ ਕੇ ਖੜਨ ਦਾ। ਇਕੱਲਾ ਪੰਜਾਬ ਨਹੀਂ ਮੈਂ ਗੱਲ ਕਰਦਾ, ਮੁਲਕ ਦੇ ਕਿਸਾਨਾਂ ਦੀ ਗੱਲ ਕਰਦਾ, ਪਰ ਉਸ ਮੁਲਕ ਦੇ ਨੈਰੇਟਿਵ ਨੂੰ ਤੋੜਨ ਖਾਤਰ ਇੱਥੇ ਸਾਡੇ ਵਿੱਚੋਂ ਸਾਡੇ ਆਗੂ ਕਹੀ ਜਾਂਦਾ ਜੀ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਦੇਖੋ ਸਟੇਟ ਇੱਕ ਪਾਸੇ ਗੱਲਾਂ ਕੀ ਕਰ ਰਿਹਾ, ਇੱਕ ਪਾਸੇ ਦੁਸ਼ਮਣ ਬਣਾ ਰਿਹਾ, ਪੂਰੇ ਮੁਲਕ ਦੇ ਵਿੱਚ ਬਦਨਾਮ ਕਰ ਰਿਹਾ। ਮੈਂ ਅੱਜ ਤੁਹਾਡੇ ਨਾਲ ਜਿਹੜੀ ਗੱਲ ਕਰਨੀ ਚਾਹੁੰਦੇ ਹਾਂ ਬਾਈ ਜੀ, ਕੁਛ ਨੈਰੇਟਿਵ ਨੇ ਜਿਹੜੇ ਸਾਡੇ ਬਣਾ ਦਿੱਤੇ ਗਏ ਆ, ਉਹ ਨੈਰੇਟਿਵ ਤੋੜਨ ਦੀ ਅੱਜ ਕੀ ਆ ਲੋੜ ਆ। ਸਭ ਤੋਂ ਵੱਡੀ ਗੱਲ ਕੀ ਆ, ਸਾਨੂੰ ਕਿਹਾ ਜਾ ਰਿਹਾ ਕਿ ਇਹਨਾਂ ਨੇ ਲੋਕਾਂ ਨੂੰ ਮੈਂ ਕਿ ਬੇਰਾਮੀ ਹੋ ਰਹੀ ਆ ਜੀ, ਸੜਕਾਂ ਰੋਕ ਲਈਆਂ। ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਕਿਸਾਨਾਂ ਨੇ ਸੜਕਾਂ ਨਹੀਂ ਰੋਕੀਆਂ, ਪੰਜਾਬ ਦੇ ਕਿਸਾਨ ਤਾਂ ਦਿੱਲੀ ਨੂੰ ਜਾ ਰਹੇ ਸੀ, ਆਪਦੀ ਰਾਜਧਾਨੀ ਕੰਨੀ ਜਾ ਰਹੇ ਸੀ। ਸਾਡੇ ਮੂਹਰਲੇ ਪਾਸੇ ਕੀ ਆ, ਕੰਡਿਆਲੀ ਤਾਰ ਧਰਤੀ, ਮੈਂ ਤਾਂ ਕਹਿੰਦਾ ਸਾਡੇ ਮਗਰਬੀ ਕੰਡਿਆਲੀ ਤਾਰ ਆ ਯਾਰ, ਸਾਡੇ ਤਾਂ ਇੱਧਰਲੇ ਪਾਸੇ ਬਾਰਡਰ 'ਤੇ ਵੀ ਤਾਰ ਆ ਜਿਹਦੇ ਨੂੰ ਅਸੀਂ ਜਾਣ ਨੂੰ ਤਿਆਰ ਹਾਂ ਵਪਾਰ ਕਰਨ ਨੂੰ, ਮੂਹਰੇ ਤੁਸੀਂ ਤਾਰਾਂ ਧਰ ਲਈਆਂ। ਤਾਂ ਉੱਥੇ ਕੀ ਆ, ਜਾ ਕੌਣ ਰਿਹਾ ਸੀ, ਕਿਸਾਨ ਦਿੱਲੀ ਨੂੰ ਜਾ ਰਹੇ ਸੀ,
ਅਤੇ ਮੂਹਰੇ ਜਿਹੜੇ ਟੋਏ ਪੱਟੇ ਗਏ ਆ, ਜਿਹੜੀਆਂ ਤਾਰਾਂ ਰੱਖੀਆਂ ਗਈਆਂ, ਜਿਹੜੇ ਸਮਿੰਟ ਦੀਆਂ ਕੰਧਾਂ ਖੜ੍ਹੀਆਂ ਕੀਤੀਆਂ ਗਈਆਂ, ਉਹ ਸਾਰੀਆਂ ਸਰਕਾਰ ਵੱਲੋਂ ਖੜ੍ਹੀਆਂ ਕੀਤੀਆਂ ਗਈਆਂ ਨੇ, ਤਾਂ ਫਿਰ ਸਰਕਾਰਾਂ ਜਿਹੜੀਆਂ ਸੜਕਾਂ ਨੇ ਉਹ ਬੰਦ ਅਸੀਂ ਨਹੀਂ ਕੀਤੀਆਂ। ਹੁਣ ਮਸਲਾ ਤਾਂ ਇਹ ਵੀ ਜੰਤਰ ਮੰਤਰ 'ਤੇ ਜਾਣ ਦੀ ਕਾਲ ਆ, ਦਿੱਲੀ ਜਾਣ ਦੀ, ਸਾਡੀ ਕੋਈ ਰਸਤੇ ਬੰਦ ਕਰਨ ਦੀ ਕਾਲ ਨਹੀਂ ਹੈ ਪੂਰੇ ਕਿਸਾਨ ਮਗ ਸੰਗਠਨਾਂ ਵੱਲੋਂ। ਇਹੀ ਕੀ ਆ, ਲੋਕਾਂ ਨੂੰ ਸਮਝਣ ਦੀ ਲੋੜ ਆ। ਦੂਸਰਾ ਨੈਰੇਟਿਵ ਜਿਹੜਾ ਮੁਲਕ ਦੇ ਵਿੱਚ ਫੈਲਾਇਆ ਜਾ ਰਿਹਾ ਵੀ ਤਾਂ ਸੌਖੇ ਨੇ, ਪ੍ਰੋਸਪੈਰਿਟੀ ਕੀ ਆ, ਅਕਸਰ ਕੀ ਆ ਟਵਿੱਟਰ ਦੇ ਉੱਤੇ ਵੀ ਮਾ ਕੇ ਇਹਨਾਂ ਦਾ ਜਿਹੜਾ ਸੋਸ਼ਲ ਮੀਡੀਆ ਮਾ ਕੇ ਹੈਂਡਲ ਨੇ ਨਾ, ਉਹ ਦਿਖਾ ਕੀ ਰਹੇ ਆ ਵੀ ਇਹਨਾਂ ਕੋਲ ਜੀ ਐਪਲ ਮਾ ਕੇ 15 ਗਾ, ਇਹਨਾਂ ਕੋਲ ਆਹ ਫੋਨ ਨੇ, ਸੌਖੇ ਵੀ ਉਹਦੇ ਨਾਲ ਕਹਿੰਦੇ ਕਿ ਵਿਹਲੇ ਵੀ ਹੋ ਗਏ, ਹੁਣ ਵਿਹਲੇ ਵੀ ਹੈ, ਕੰਮ ਸਭ ਤੋਂ ਘੱਟ ਕਰਦੇ ਆ। ਮੈਂ ਕਹਿਣਾ ਜੀ, ਜਿਹੜਾ ਕੰਮ ਨਾ ਕੋਈ ਬੰਦਾ ਖੇਤੀ ਕਰਕੇ ਦੇਖ, ਉਹਨੂੰ ਪਤਾ ਵੀ ਕਿ ਬੰਦੇ ਦਾ ਕੀ ਆ, 12 ਮਹੀਨੇ ਕੰਮ ਨਹੀਂ ਮੁੱਕਦਾ। ਜਿਹੜੀ ਸੌਖੇ ਦੀ ਗੱਲ ਕੀ, ਸਭ ਤੋਂ ਵੱਡਾ ਜਿਹੜਾ ਪੰਜਾਬ ਦਾ ਨੈਰੇਟਿਵ ਹੁਣ ਫੈਲਾਇਆ ਜਾ ਰਿਹਾ, ਉਹਦੇ ਵਿੱਚ ਸਾਨੂੰ ਅੱਤਵਾਦੀ ਵੀ ਦਿਖਾਇਆ ਜਾ ਰਿਹਾ, ਹਾਲਾਂਕਿ ਸਰਕਾਰ ਅੱਤਵਾਦੀ ਬਣੀ ਹੋਈ ਆ, ਸਰਕਾਰ ਗੋਲੀਆਂ ਚਲਾ ਰਹੀ ਆ, ਸਰਕਾਰ ਅਥਰੂ ਗੈਸ ਦੇ ਗੋਲੇ ਚਲਾ ਰਹੀ ਆ ਉਧਰੋਂ, ਠੀਕ ਹੈ ਨਾ। ਹੋਰ ਬੜੇ ਤਰ੍ਹਾਂ ਦੇ ਸਿੱਧੀਆਂ 315 ਬੋਰ ਦੇ ਵੀ ਮੈਂ ਕਿ ਫਾਇਰ ਮਾਰੇ ਗਏ ਆ। ਸਭ ਤੋਂ ਵੱਡੀ ਗੱਲ ਇਹ ਆ ਕਿ ਇੱਕ ਕਾਨੂੰਨ ਬਣਿਆ ਹੋਇਆ ਸੰਸਦ ਦੇ ਵਿੱਚ, ਮੈਂ ਕਿ ਪ੍ਰੋਪਰਟੀ ਨੂੰ ਡੈਮੇਜ ਜੇ ਕੋਈ ਪਹੁੰਚਾਉਂਦਾ ਪ੍ਰਾਈਵੇਟ, ਚਾਹੇ ਕੀ ਹੈ ਪਬਲਿਕ ਪ੍ਰੋਪਰਟੀ ਨੂੰ, ਤਾਂ ਉਹਦੇ 'ਤੇ ਪਰਚਾ ਦਰਜ ਹੋਣਾ ਚਾਹੀਦਾ। ਅੱਜ ਪੰਜਾਬ ਸਰਕਾਰ ਚੁੱਪ ਕਿਉਂ ਆ, ਉਹ ਡਰੋਨ ਲਿਆ ਕੇ ਇੱਥੇ ਕੀ ਹੈ ਕਰ ਰਹੇ ਆ। ਹੁਣ ਵੈਸਟ ਬੰਗਾਲ 'ਚ ਸਾਡੀ ਪੰਜਾਬ ਪੁਲਿਸ ਜਾ ਕੇ ਇੱਕ ਕੀ ਹੈ ਟੈਰਰਿਸਟ ਨੂੰ ਮਾਰ ਦਿਆ, ਬਸ਼ੀਰ ਮੁਹੰਮਦ ਕੇ ਕਿਹੜਾ ਮਾਰਿਆ ਸੀ, ਤਾਂ ਵੈਸਟ ਬੰਗਾਲ ਦੀ ਸਰਕਾਰ ਨੇ ਪਰਚਾ ਦਰਜ ਕੀਤਾ ਸੀ ਪੰਜਾਬ ਪੁਲਿਸ 'ਤੇ, ਪੰਜਾਬ ਪੁਲਿਸ ਬਹੁਤ ਬੁਰੇ ਤਰੀਕੇ ਨਾਲ ਫਸਾਈ ਗਈ ਸੀ। ਉਸ ਤੋਂ ਬਿਨਾਂ ਕੀ ਆ, ਦਿੱਲੀ 'ਚੋਂ ਜਾ ਕੇ ਕੀ ਆ, ਸਾਡਾ ਪਿੱਛੇ ਜੇ ਇੱਕ ਚੱਡੇ ਨਾਂ ਦਾ ਮੈਂ ਕਿਹੜਾ ਬੰਦਾ ਫੜ ਕੇ ਲਿਆਉਣਾ, ਤਾਂ ਹਰਿਆਣਾ ਪੁਲਿਸ ਉਹਨੂੰ ਖੋਹ ਲੈਂਦੀ ਆ ਕਿ ਤੁਸੀਂ ਕਿਵੇਂ ਫੜ ਸਕਦੇ ਹੋ ਇਹਨੂੰ, ਤਾਂ ਫਿਰ ਅਸੀਂ ਉਹਨਾਂ ਦੇ ਪਰਚੇ ਕਿਉਂ ਨਹੀਂ ਦਰਜ ਕਰ ਸਕਦੇ ਬਈ, ਸਰਕਾਰ ਦਾ ਜਿਹੜਾ ਟੈਰਰਿਜ਼ਮ ਫੈਲਾਇਆ ਜਾ ਰਿਹਾ। ਦੂਜੀ ਖੁਸ਼ਹਾਲੀ ਦੀ ਜੇ ਅਸੀਂ ਗੱਲ ਕਰੀਏ, ਮੈਂ ਕਹਿੰਦਾ ਉੱਥੇ 100 ਬੰਦਾ ਤੁਸੀਂ ਬਈ ਦੋਨੇ ਦਿਨ ਉੱਥੇ ਰਹੇ ਹੋ ਮੈਂ ਕਿ ਬਾਰਡਰ ਦੇ ਉੱਤੇ, 100 ਬੰਦਿਆਂ ਦੇ ਮੋਬਾਈਲ ਚੈੱਕ ਕਰ ਲਓ, 100 ਬੰਦੇ ਦੇ ਮੋਬਾਈਲ ਚੈੱਕ ਕਰੋਗੇ, ਤੁਹਾਨੂੰ ਪਤਾ ਲੱਗ ਜੂ ਕਿਹਦੇ ਕੋਲ ਐਪਲ ਫੋਨ ਆ। ਯਾਰ ਸਾਡਾ, ਮੈਂ ਕਹਿੰਦਾ ਜੇ ਅੱਜ ਚੰਗਾ ਬੰਦਾ ਵੀ ਮਾੜੇ ਦੇ ਨਾਲ ਖੜਦਾ, ਇਹ ਸਾਡੇ ਭਾਈਚਾਰੇ ਕਰਕੇ ਖੜਦਾ। ਅੱਜ 20 ਏਕੜ ਵਾਲੇ ਕੋਲ ਫੋਨ ਹੈਗਾ, ਉਹਦੀਆਂ ਜ਼ਰੂਰਤਾਂ ਸਾਰੀਆਂ ਪੂਰੀਆਂ, ਪਰ 95% ਜ਼ਿਮੀਦਾਰੀ 5 ਏਕੜ ਤੋਂ ਥੱਲੇ ਆ, ਉਹਦੇ ਕੋਲ ਕਿਸੇ ਕੋਲ ਆਈਫੋਨ ਨਹੀਂ ਹੈਗੇ। ਪਰ ਜੇ ਫੋਨ ਆ ਤਾਂ ਫਿਰ ਗੋਲੀਆਂ ਖਾਣੀਆਂ ਕਿਹੜਾ ਸੌਖੀਆਂ ਨੇ ਫੋਨ ਲਿਜਾ ਕੇ ਉੱਥੇ? ਮੈਂ ਬਾਈ ਜੀ ਇਹੀ ਗੱਲ ਕਰਦਾ, ਕਈਆਂ ਨੂੰ ਲੱਗਦਾ ਵੀ ਇਹ ਖਾਣੀ ਸ਼ੌਂਕ ਨੂੰ ਚਾਅ ਨੂੰ ਜਾਂਦੇ ਆ। ਮੈਨੂੰ ਐਂ ਦੱਸੋ, ਜਿਹੜੇ ਕਿਸਾਨ ਆਗੂ ਨੇ ਫੈਸਲਾ ਵੀ ਲਿਆ, ਕੋਈ ਛੋਟਾ ਫੈਸਲਾ ਨਹੀਂ ਬਾਈ ਜੀ। ਕਈ ਕਹਿ ਦਿੰਦੇ ਕਿ ਨੰਬਰ ਕੁੱਟਣ ਦੇ ਮਾਰੇ, ਚਡੂਨੀ ਨੇ ਬੜਾ ਗਲਤ ਬਿਆਨ ਦਿੱਤਾ। ਯਾਰ ਚਡੂਨੀ ਕਹਿੰਦਾ ਕੀ ਹੈ ਵੀ ਇਹ ਸਿਰਫ ਆਪਦੀ ਕਿ ਆਪ ਨੂੰ ਵੱਡਾ ਕਰਨ ਵਾਸਤੇ ਜਾਂਦੇ ਆ, ਓਏ ਉੱਥੇ ਕੀ ਆ, ਜਾਣ ਤਲੀ ਦੇ ਧਰੀ ਫਿਰਦਾ। ਦੋਨੇ ਆਗੂਆਂ ਨੂੰ ਪਤਾ ਕਿ ਜੇ ਕਿਸਾਨ ਵਾ ਕੇ ਇੱਥੋਂ ਮੁੰਡੇ ਲੰਘ ਜਾਂਦੇ ਆ, ਕੋਈ ਕੱਲ੍ਹ ਨੂੰ ਮਿਸਹੈਪਨਿੰਗ ਹੁੰਦੀ ਆ, ਤਾਂ ਉਹਨਾਂ ਦੀ ਕੀ ਆ, ਚੜ੍ਹਾਈ ਦੀ ਥਾਂ 'ਤੇ ਉਹਨਾਂ ਦੇ ਜਿਹੜੇ ਟੈਗ ਲੱਗਣੇ ਆ, ਦਾਗ ਲੱਗਣੇ ਆ, ਬਹੁਤ ਬੁਰੇ ਤਰੀਕੇ ਨਾਲ ਲੱਗਣੇ ਆ। ਇਹ ਦਾਗਾਂ ਨੂੰ ਪਹਿਲਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ ਜਿਹੜੀ, ਉਹਨੇ ਭੋਗਿਆ। ਜਦੋਂ 26 ਜਨਵਰੀ ਨੂੰ ਕਿਹਾ ਜਾਂਦਾ ਨਾ, ਹੁਣ ਵੀ ਸਾਡੇ ਬੁੱਧੀਜੀਵੀ ਬੈਠੇ ਭਕਾਈ ਮਾਰੀ ਜਾਂਦੇ ਆ, ਕਈ ਮੈਂ ਕਿ ਚੈਨਲਾਂ 'ਤੇ ਬੈਠੇ ਕਹਿੰਦੇ ਉਹੀ ਸੰਗਠਨ ਆ ਜਿਹੜਾ ਇੰਡਿਸਿਪਲਿਨ ਕ੍ਰੀਏਟ ਕਰਦਾ। ਉਹ ਯਾਰ ਮਾੜੀ ਮੋਟੀ ਸ਼ਰਮ ਮੰਨਣੀ ਚਾਹੀਦੀ ਉਹਨਾਂ ਬੁੱਧੀਜੀਵੀਆਂ ਨੂੰ। ਇਹ ਉਹੀ ਕੀ ਆ ਸੰਗਠਨ ਆ, ਮੈਂ ਕਹਿੰਦਾ ਭੰਦੇਰ ਸਾਹਿਬ ਹੋ ਗਏ, ਸਵਰਾਂ ਸਾਹਿਬ ਹੋ ਗਏ, ਇਹਨਾਂ ਦਾ ਮੈਂ ਕਿ ਸੋਸ਼ਲ ਮੀਡੀਆ ਵਾਲਾ ਜਿਹੜਾ ਮੈਂ ਕਿ ਵੀਰ ਚਲਾਉਂਦਾ, ਸਾਡੇ ਮਿੱਤਰ ਨੇ, ਉਹਨਾਂ ਬੰਦਿਆਂ ਨੇ 26 ਤਰੀਕ ਨੂੰ ਆਪ ਕਾਲ ਨਹੀਂ ਦਿੱਤੀ ਸੀ। ਹਾਂ, ਜਿਹੜਾ ਉਹਨਾਂ ਨੇ ਫੈਸਲਾ ਕੀਤਾ ਸੀ ਵੀ ਇੱਥੇ ਜਾਣਾ, ਤਾਂ ਉਦੋਂ ਬਾਅਦ ਤੋਂ ਬਜਿੱਦ ਰਹਿੰਦੇ ਆ ਉਸ ਫੈਸਲਿਆਂ ਦੇ, ਇਸੇ ਕਰਕੇ ਲੋਕ ਯਕੀਨ ਕਰਕੇ ਅੱਜ ਦੁਬਾਰੇ ਉਹਨਾਂ ਮਗਰ ਗਏ ਆ ਕਿ ਜਿਹੜਾ ਉਹ ਕਹਿ ਕੇ ਤੁਰਦੇ ਉਸ ਗੱਲ 'ਤੇ ਸਟੈਂਡ ਕਰਦੇ ਆ। ਉਦੋਂ ਕੁਛ ਬੰਦੇ ਪਿੱਛੇ ਹਟ ਗਏ ਸੀ, ਸਿਰਫ ਕੀ ਆ, ਉਹ 25 ਦੀ ਰਾਤ ਦਾ ਜਿਹੜਾ ਜਨ ਸੈਲਾਬ ਸੀ, ਜਿਹੜਾ ਲੋਕਾਂ ਦਾ ਰੋਸ ਸੀ, ਉਹ ਆਪਦੇ ਲੋਕਾਂ 'ਤੇ ਨਾ ਵਰਜੇ, ਆਪਦੇ ਆਗੂਆਂ 'ਤੇ ਨਾ ਵਰਜੇ, ਉਸ ਚੀਜ਼ ਨੂੰ ਸਰ ਨੂੰ ਹੈਂਡਲ ਕੀਆ ਇਸੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੀਤਾ ਸੀ, ਅਤੇ ਸਭ ਤੋਂ ਵੱਧ ਬਦਨਾਮੀ ਝੱਲੀ ਸੀ। ਇਹ ਕੋਈ ਸ਼ੌਂਕ ਨੂੰ ਨਹੀਂ ਬੈਠੇ, ਰੌਲਾ ਕੀ ਆ, ਹੋਣ ਦੀ ਲੜਾਈ ਸਾਰੀ ਲੜ ਰਹੇ ਆ, ਇਹਦੇ ਪੋਲੀਟੀਕਲ ਪਾਰਟੀਆਂ ਵੀ ਅੱਜ ਹੋਣ ਦੀ ਲੜਾਈ ਲੜ ਰਹੀਆਂ। ਸਭ ਤੋਂ ਵੱਡੀ ਗੱਲ, ਮੈਂ ਮੋਦੀ ਨੂੰ ਇੱਕ ਗੱਲ ਕਹਿਣਾ ਕਿ ਇੱਕ ਅੰਨਾ ਹਜ਼ਾਰੇ ਬਹਿੰਦਾ, ਇੱਕ ਸਾਬਕਾ ਫੌਜੀ ਜੰਤਰ ਮੰਤਰ 'ਤੇ ਜਾ ਕੇ ਅਤੇ ਕਾਂਗਰਸ ਦੀਆਂ ਜੜਾਂ ਪੱਟ ਦਿੰਦਾ ਇੱਕ ਬੰਦਾ, ਅਤੇ ਅੱਜ ਕੀ ਆ, ਜਿਹੜਾ ਜਾਣ ਨੂੰ ਕਹਿੰਦੇ ਆ ਨਾ, ਤੂੰ ਜੰਤਰ ਮੰਤਰ ਨਾ ਜਾਣ ਦੇਗਾ, ਜਿੱਥੇ ਵੀ ਬੈਠ ਗਏ ਇਹ ਜੜਾਂ ਪੱਟ ਦੇਣਗੇ, ਜੜਾਂ ਬਚਾਉਣ ਲੱਗੇ ਹੋਏ ਤਾਂ ਹੀ ਉਹ। ਬਿਲਕੁਲ ਬਾਈ ਜੀ, ਮੈਂ ਕਹਿੰਦਾ ਇਹ ਸਿਰਫ ਸਾਨੂੰ ਆਈਸੋਲੇਟ ਕਰਨਾ ਚਾਹੁੰਦੇ ਆ, ਪੰਜਾਬ ਦੇ ਆਗੂਆਂ ਨੂੰ ਵੀ, ਪੰਜਾਬ ਦੇ ਕਿਸਾਨਾਂ ਨੂੰ ਵੀ, ਕਿ ਲੜਾਈ ਪੰਜਾਬ ਦੀ ਆ। ਪਰ ਮੈਂ ਕਹਿੰਦਾ ਵੀ ਜਿੰਨੇ ਮੁੱਦਿਆਂ ਦੇ ਉੱਤੇ ਕੀ ਆ ਇਹ ਲੜਾਈ ਲੜ ਰਹੇ ਆ, ਉਹਨਾਂ 'ਚੋਂ ਇੱਕ ਵੀ ਮੁੱਦਾ ਇਕੱਲੇ ਪੰਜਾਬ ਜਾਂ ਇਕੱਲੇ ਪੰਜਾਬ ਦੇ ਕਿਸਾਨਾਂ ਦਾ ਨਹੀਂ ਹੈ। ਸਾਨੂੰ ਤਾਂ MSP ਮਿਲ ਰਹੀ ਆ,
ਪਰ ਸਭ ਤੋਂ ਵੱਡੀ ਤਰਾਸਦੀ ਹੈ ਵੀ ਬਾਕੀ ਸਟੇਟਾਂ ਦੇ ਵਿੱਚੋਂ ਲੋਕਾਂ ਨੂੰ ਜ਼ਬਰਦਸਤੀ ਰੋਕਿਆ ਵੀ ਜਾ ਰਿਹਾ ਅਤੇ ਉਹਨਾਂ ਲੋਕਾਂ ਨੂੰ ਇਹ ਚੀਜ਼ ਕੀ ਹੈ ਗਲਤ ਤਰੀਕੇ ਨਾਲ ਕੀ ਹੈ ਪੇਸ਼ ਕੀਤੀ ਜਾ ਰਹੀ ਆ ਕਿ ਪੰਜਾਬ ਦੇ ਲੋਕ ਤਾਂ ਖੁਸ਼ ਨੇ ਉਹ ਮੈਂ ਕਿ ਰੱਜੇ ਵੀ ਟੀਟਣੇ ਮਾਰਦੇ ਆ ਇਹ ਗੱਲ ਸਾਨੂੰ ਕੀ ਹੈ ਦਿਖਾਇਆ ਜਾ ਰਿਹਾ ਪਰ ਪੰਜਾਬ ਦੇ ਲੋਕਾਂ ਦੇ ਜਿਹੜੇ ਬਾਕੀ ਬੁਨਿਆਦੀ ਮਸਲੇ ਹੈਗੇ ਆ ਕਿਉਂਕਿ ਪੰਜਾਬ ਦਾ ਸਾਰਾ ਅਰਥਚਾਰਾ ਜਿਹੜਾ ਇਹ ਖੇਤੀ 'ਤੇ ਖੜ੍ਹਾ ਪਰ ਦੂਜੇ ਜਿਹੜੇ ਸਟੇਟ ਹੈਗੇ ਆ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਸਾਨੂੰ ਇਹ ਨੈਰੇਟਿਵ ਪੂਰੇ ਮੁਲਕ 'ਚ ਲਿਜਾਣਾ ਪਊ। ਅੱਜ ਮੋਦੀ ਅਖਬਾਰਾਂ 'ਚ ਬੜਾ ਗਲਤ ਤਰੀਕੇ ਦਾ ਇਸ਼ਤਿਹਾਰ ਦਿੱਤਾ ਇੱਕ ਭਾਵੇਂ ਤੁਸੀਂ ਗੱਲ ਕਰਨ ਦੀ ਗੱਲ ਕਰਦੇ ਹੋ ਕਿਸਾਨ ਆਗੂਆਂ ਨਾਲ ਅਤੇ ਇਹ ਜਿਹੜਾ ਮੈਂ ਕਿ ਨੈਰੇਟਿਵ ਬਣਾ ਜਾ ਰਿਹਾ ਇਹਨੂੰ ਤੋੜਨ ਵਾਸਤੇ ਤੁਹਾਡੇ ਵਰਗੇ ਚੈਨਲਾਂ ਨੂੰ ਭਰਾਵਾਂ ਨੂੰ ਵੀ ਬੇਨਤੀ ਕਰਦਾ ਜਿਹੜੇ ਮੈਂ ਕਿ ਇੰਡੀਪੈਂਡੈਂਟ ਪੱਤਰਕਾਰੀ ਕਰਦੇ ਆ ਤਾਂ ਕਿ ਲੋਕਾਂ ਨੂੰ ਦੱਸ ਸਕਣ ਕਿ ਜਿਹੜਾ ਅਸਲ ਮਸਲਾ ਹੈਗਾ ਜਿੰਨਾ ਕੀ ਆ ਪੰਜਾਬ ਨੇ ਉਹਦੀ ਸ਼ੁਰੂਆਤ ਕੀਤੀ ਉਹ 'ਚੋਂ ਕੋਈ ਵੀ ਮਸਲਾ ਪੰਜਾਬ ਦਾ ਨਿੱਜੀ ਨਹੀਂ ਹੈ ਇਹਦੇ ਨਾਲ ਕੀ ਆ ਪੂਰਾ ਸਮੁੱਚੇ ਮੁਲਕ ਦੀ ਜੁੜੀ ਹੋਈ ਆ ਇਕੱਲਾ ਇਹ ਨਹੀਂ ਵਪਾਰੀ ਨੂੰ ਵੀ ਫਾਇਦਾ ਹੋਣਾ WTO ਕਰਕੇ ਬਾਈ ਜੀ ਸਾਡਾ ਛੋਟਾ ਵਪਾਰੀ ਮਰ ਗਿਆ ਇਕੱਲੇ 2-4 ਘਰਾਣੇ ਆ ਜਿਹੜੇ ਫਾਇਦਾ ਚੱਕ ਰਹੇ ਆ ਪੰਜਾਬ ਦੀ ਦੁਕਾਨਦਾਰੀ ਸਾਰੀ ਖਤਮ ਆ ਤਾਂ ਜਿਹੜੀਆਂ ਮੰਗਾਂ ਨੇ ਨਾ ਮੰਗਾਂ ਦੇ ਵਿੱਚੋਂ ਪੂਰੇ ਪੰਜਾਬ ਦੀ ਨਹੀਂ ਮੁਲਕ ਦੀ ਖੁਸ਼ਹਾਲੀ ਨਿਕਲਣੀ ਆ ਪਰ ਇਹ ਸਰਕਾਰਾਂ ਸਾਨੂੰ ਦਿੰਦੀਆਂ ਕੁਛ ਨਹੀਂ ਕਿਉਂਕਿ ਜਿਹੜੀਆਂ ਸਰਕਾਰਾਂ ਇਹ ਲੰਮੀਆਂ ਤਾਂ ਪਈਆਂ ਹੋਈਆਂ ਨੇ ਕਿਉਂਕਿ ਸਾਰੀਆਂ ਕਾਰਪੋਰੇਟਾਂ ਦੇ ਸਿਰ 'ਤੇ ਬਣਦੀਆਂ ਨੇ ਜੋੜ ਤੋੜ ਕਰਕੇ ਸਰਕਾਰਾਂ ਕਿਵੇਂ ਡਿੱਗੀਆਂ ਜਾਂਦੀਆਂ ਸਭ ਲੋਕ ਇਹ ਗੱਲਾਂ ਸਮਝ ਚੁੱਕੇ ਆ ਅਤੇ ਇਹਨਾਂ ਗੱਲਾਂ ਦਾ ਖਮਿਆਜਾ ਮੈਂ ਕਹਿੰਦਾ ਮੋਦੀ ਨੂੰ ਭੁਗਤਣਾ ਪਊ ਖੱਟਰ ਨੂੰ ਵੀ ਭੁਗਤਣਾ ਪਊ। ਮੈਂ ਤਾਂ ਹੀ ਕੀ ਆ ਪਿੱਛੇ ਜਿਹੇ ਇੱਕ ਪੋਸਟ ਪਾਈ ਸੀ ਮੈਂ ਕਿਹਾ ਸੀ ਕਿ ਖੱਟਰਾ ਜਿਹੜਾ ਇਹਦਾ ਵਾਹ ਕੀ ਆ ਮਟਰਾਂ ਨਾਲ ਪੈ ਗਿਆ ਮਟਰ ਮਤਲਬ ਉਹ ਹੁੰਦਾ ਬਾਈ ਜੀ ਜਿਵੇਂ ਅਸੀਂ ਨਾ ਇੱਕ ਜਾਨਵਰ ਨੂੰ ਕਹਿ ਦਿੰਦੇ ਹਾਂ ਇੱਕ ਗਾਂ ਜਿਹੜੀ ਮੈਂ ਕਹਿੰਦੇ ਆਪਾਂ ਮੈਂ ਕਿ ਦੁੱਧ ਦੀ ਬਾਲਟੀ ਲੈ ਕੇ ਨੇੜੇ ਹੋਏ ਅਤੇ ਲੱਤ ਮਾਰ ਕੇ ਨਾ ਉਹਨੂੰ ਕਹਿੰਦਾ ਵੀ ਇਹ ਮਟਰ ਗਾਂ ਗੀ ਹਾਲਾਂਕਿ ਉਹ ਦੁੱਧ ਵੀ ਵੱਧ ਜਿਹੜਾ ਕੌੜ ਹੁੰਦੀ ਹੈ ਨਾ ਦੁੱਧ ਵੀ ਵੱਧ ਦਿੰਦਾ ਪਸ਼ੂ ਉਹ ਪਰ ਕੀ ਆ ਅਕਸਰ ਨੂੰ ਕੀ ਆ ਅਸੀਂ ਜਿਹੜੇ ਲੋਕ ਆ ਨਾ ਅਸੀਂ ਕੌੜ ਵੀ ਹੈਗੇ ਹਾਂ ਠੀਕ ਹੈ ਨਾ ਪਰ ਸਾਡੇ ਤੋਂ ਕੀ ਆ ਪੈਦਾਵਾਰ ਵੀ ਸਾਡੇ ਤੋਂ ਲਈ ਗਈ ਆ ਜਦੋਂ ਦੇਸ਼ ਭੁੱਖਾ ਮਾਰੇ ਢਿੱਡ ਵੀ ਅਸੀਂ ਭਰਿਆ ਤਾਂ ਹੁਣ ਮੈਂ ਕਹਿੰਦਾ ਮਟਰਾਂ ਨਾਲ ਵਾਹ ਪਿਆ ਇਹਨਾਂ ਦਾ ਠੀਕ ਹੈ ਨਾ ਖੱਟਰਾਂ ਦਾ ਸਣੇ ਮੋਦੀ ਦਾ ਅਤੇ ਲੋਕ ਇਹਨਾਂ ਨੂੰ ਬਾਈ ਜੀ ਐਤਕੀ ਸਬਕ ਸਿਖਾਉਣਗੇ। ਪਰ ਮੈਂ ਗੱਲ ਕਰਦਾ ਵੀ ਜਿਹੜੇ ਕਲੀਆਂ ਚਿਕਣੀਆਂ ਚੋਪੜੀਆਂ ਗੱਲਾਂ ਕਰਦੇ ਆ ਨਾ ਹੋਰ ਪੋਲੀਟੀਕਲ ਪਾਰਟੀਆਂ ਵਾਲੇ ਅੱਜ ਹੱਕ ਬਣਦਾ ਰਾਹੁਲ ਗਾਂਧੀ ਦਾ ਸਾਰੇ ਪੂਰੇ ਮੁਲਕ ਦੇ ਵਿੱਚ ਉਹਨਾਂ ਦਾ ਬਾਈ ਜੀ ਸਿਸਟਮ ਆ ਨੈਸ਼ਨਲ ਪਾਰਟੀ ਆ ਅੱਜ ਹਰੇਕ ਮੱਕ ਸਟੇਟ ਦੀ ਰਾਜਧਾਨੀ ਦੇ ਵਿੱਚ ਕਿਉਂ ਨਹੀਂ ਪ੍ਰਦਰਸ਼ਨ ਹੁੰਦੇ ਹਜ਼ਾਰ ਹਜ਼ਾਰ ਬੰਦਾ ਲੈ ਕੇ ਖੜ੍ਹਨ ਤਾਂ ਕਿ ਪੂਰੇ ਮੁਲਕ ਦੇ ਵਿੱਚ ਗੱਲ ਪਤਾ ਲੱਗੇ। ਉਹ ਵੀ ਕਿਤੇ ਨਾ ਕਿਤੇ ਮੱਕ ਕੀ ਆ ਛੋਟੇ ਥੋੜ੍ਹੇ ਮੋਟੇ ਲੈਵਲ ਦੇ ਰੋਟੀਆਂ ਸੇਕੀ ਜਾਂਦੇ ਆ ਹਾਂਜੀ ਅਸੀਂ ਨਾਲ ਹਾਂ ਇੱਥੇ ਖੜਗੇ ਵੀ ਕਹਿ ਗਿਆ ਹੋਰ ਵੀ ਕਹਿ ਗਿਆ ਅੱਜ ਲੋੜ ਆ ਪੂਰੇ ਮੁਲਕ ਵਿੱਚ ਕੀ ਆ ਇਹ ਚੀਜ਼ ਨੂੰ ਉਭਾਰਨ ਦੀ। ਅੰਦਰ ਖਾਤੇ ਅੰਦੋਲਨ ਨੂੰ ਰਾਜਨੀਤਿਕ ਅੰਦੋਲਨ ਵੀ ਕਿਹਾ ਜਾ ਰਿਹਾ ਜਿਹੜੀ BJP ਦੀਆਂ ਜੜ੍ਹਾਂ ਆਪਾਂ ਕਹਿੰਦਾ ਪੱਟੀਆਂ ਜਾਣਗੀਆਂ ਪਰ ਕਿਤੇ ਨਾ ਕਿਤੇ ਵਿਰੋਧੀ ਧਿਰਾਂ ਦਾ ਵੀ ਪਿੱਛੋਂ ਅੰਦਰ ਖਾਤੇ ਕਿਤੇ ਹੱਥ ਹੈ ਤਾਂ ਸਰਕਾਰ ਨੂੰ ਡੇਗਿਆ ਜਾ ਸਕਦਾ ਇਹ ਸਮਾਂ ਚੁਣਿਆ ਹੁੰਦਾ ਬਾਈ ਜੀ। ਸਭ ਤੋਂ ਵੱਡੀ ਗੱਲ ਜਿਹੜਾ ਨਾ ਹੁਣ ਜਿਹੜਾ ਨਾਰਾ ਲੱਤਾ ਗਿਆ ਮੈਂ ਕਿ ਨਾਰਾ ਹੁਣ ਕਿਹੜਾ ਗਾ ਕਿਸਾਨ ਵਿਰੋਧੀ PM ਮੋਦੀ ਇਹ ਕਾਂਗਰਸ ਨੇ ਨਾਰਾ ਦਿੱਤਾ ਪਰ ਇਹਨੂੰ ਸੱਚਾ ਸਾਬਤ ਤਾਂ ਮੋਦੀ ਕਰ ਰਿਹਾ ਨਾ ਗੋਲੀਆਂ ਮੋਦੀ ਚਲਾ ਰਿਹਾ ਨਾ ਕਿ ਰਾਹੁਲ ਗਾਂਧੀ ਚਲਾ ਰਿਹਾ ਜਿਹਨੇ ਨਾਰਾ ਦਿੱਤਾ ਜਾਂ ਕਾਂਗਰਸ ਨੇ ਦਿੱਤਾ ਉਹ ਚੀਜ਼ਾਂ ਕਈ ਚੀਜ਼ਾਂ ਨਾ ਬਾਈ ਜੀ ਦੂਜੇ ਦੇ ਪੱਖ 'ਚ ਭੁਗਤ ਜਾਂਦੀਆਂ ਨੇ। ਹੁਣ ਜੇ ਮੈਂ ਕਿਹਾ ਕਿ ਆ ਮੋਦੀ ਲੈਟ ਡਾਊਨ ਹੋਊਗਾ ਜਾਂ ਮੋਦੀ ਦਾ ਵਿਰੋਧ ਹੋਊਗਾ ਤਾਂ ਦੂਜਿਆਂ ਨੂੰ ਇਹ ਚੀਜ਼ ਦਾ ਬੈਨੀਫਿਟ ਮਿਲਣਾ। ਮੈਂ ਤਾਂ ਕਹਿਣਾ ਵੀ ਕਿਤੇ ਨਾ ਕਿਤੇ ਬੈਨੀਫਿਟ ਦੀ ਗੱਲ ਕਰਦੇ ਹੋ ਲੋਕ ਕਿਤੇ ਨਾ ਕਿਤੇ ਅਜੇ ਵੀ ਡਰਪੋਕ ਨੇ ਇਕੱਲਾ ਉਹ ਨਹੀਂ ਮੈਂ ਕਹਿੰਦਾ ਪੰਜਾਬ ਦੇ ਦੂਜੇ ਸਿਆਸਤਦਾਨ ਸਭ ਤੋਂ ਵੱਡੀ ਜਿਹੜੀ ਲੋਕਲ ਸਾਡੀ ਪਾਰਟੀ ਸੀ ਮੈਂ ਕਹਿੰਦਾ ਉਹ ਵੀ ਹਾਸ਼ੀਏ 'ਤੇ ਜਾ ਚੁੱਕੀ ਹੈ ਜਿਹੜੀ ਉਹਦੇ ਵੇੜੀਆਂ 'ਚ ਵੱਟੇ ਪਹਿਲਾਂ ਵੀ ਪਏ ਹੋਏ ਸੀ ਹੁਣ ਹੋਰ ਬੁਰੇ ਤਰ੍ਹਾਂ ਪੈ ਚੁੱਕੇ ਆ। ਮੈਂ ਅਕਾਲੀ ਦਲ ਦੀ ਗੱਲ ਕਰਦਾ ਕਾਂਗਰਸ ਨੇ ਚਾਹੇ ਸੱਦਾ ਦਿੱਤਾ ਪਰ ਕਾਂਗਰਸ ਨਾਲ ਤਾਂ ਨਹੀਂ ਨਾ ਖੜੀ ਅਜੇ ਤੱਕ ਕਾਂਗਰਸ ਦਾ ਹੱਕ ਸੀ ਮੈਂ ਕਹਿੰਦਾ ਵੀ 13 ਤਰੀਕ ਦਾ ਸ਼ੁਰੂ ਹੋਇਆ ਆਹ 2 ਦਿਨ ਲੰਘੇ ਆ ਦੋਨਾਂ ਦਿਨਾਂ 'ਚ ਪੂਰੇ ਮੁਲਕ ਦੀ ਹਰੇਕ ਰਾਜਧਾਨੀ 'ਚ ਕਿਉਂ ਨਹੀਂ ਜਾ ਕੇ ਇਹਨਾਂ ਨੇ ਪ੍ਰੋਟੈਸਟ ਕੀਤੇ ਅਤੇ ਲੋਕਾਂ ਨੇ ਕਿਸਾਨਾਂ ਦੇ ਹੱਕ 'ਚ ਹਾਅ ਦਾ ਨਾਰਾ ਮਾਰਿਆ ਸਿਰਫ ਇਕੱਲੇ ਸ਼ਬਦੀ ਬਿਆਨ ਨੇ। ਉਸ ਤੋਂ ਬਿਨਾਂ ਅਕਾਲੀ ਦਲ ਨੇ ਕੀ ਸਟੇਟਮੈਂਟ ਦਿੱਤੀ ਆ ਸਿਰਫ ਉਹ ਕੀ ਆ ਉਹਨਾਂ ਨੇ ਆਪਦੀ 1 ਦਿਨ ਵਾਸਤੇ ਯਾਤਰਾ ਰੋਕਤੀ ਹਾਲਾਂਕਿ ਤੁਹਾਨੂੰ ਮੈਂ ਕਿ ਬਿਹਤਰ ਪਤਾ ਹੋਊ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਵੀ 13 ਤਰੀਕ ਨੂੰ ਸੁਖਬੀਰ ਬਾਦਲ ਦਿੱਲੀ ਪਹੁੰਚਿਆ ਹੋਇਆ ਸੀ ਮੈਂ ਕਿ ਸਮਝੌਤਾ ਸਿਰੇ ਲਾਉਣ ਪਰ ਇਹ ਸਾਰੇ ਚੀਜ਼ ਨੇ ਮੈਂ ਕਹਿੰਦਾ ਬਾਈ ਜੀ ਇਸ ਅੰਦੋਲਨ ਨੇ ਪੰਜਾਬ ਨੇ ਪੂਰੇ ਮੁਲਕ ਦੀ ਸਿਆਸਤ ਨੂੰ ਫੈਸਲਾ ਕਰਨਾ ਹੁਣ
ਇਹ ਯਾਦ ਰੱਖਣ, ਪਰ ਹੋਊਗਾ ਤਾਂ ਜੇ ਸਾਰੇ ਲੋਕ ਇਕੱਠੇ ਹੋਣਗੇ, ਸਾਰੇ ਕਿਸਾਨ ਸੰਗਠਨ ਇਕੱਠੇ ਹੋਣਗੇ। ਸੰਗਠਨਾਂ ਦੀ ਗੱਲ ਕਰੀਏ, ਜਥੇਬੰਦੀਆਂ ਮਤਲਬ ਦੁਫਾੜ ਹੋਈਆਂ ਹੋਈਆਂ, ਕੁਝ ਕਹਿੰਦੀਆਂ ਕਿ ਅਸੀਂ ਨਹੀਂ ਜਾਣਾ, ਸਾਡਾ ਫੈਸਲਾ ਨਹੀਂ। ਕੀ ਲੱਗਦਾ ਜੀ, ਕੁਝ ਜਥੇਬੰਦੀਆਂ ਦਾ ਮਾਮਲਾ ਕਿ ਸਾਰੇ, ਮਤਲਬ ਜਿਵੇਂ ਆਪਾਂ ਗੱਲ ਕੀਤੀ ਦੇਸ਼ ਦਾ ਮਾਮਲਾ ਤਾਂ ਪੂਰੇ ਦਾ? ਮੈਂ ਜੀ ਪੰਜਾਬ ਦੇ ਵਿੱਚ ਨਾ, ਮੈਂ ਇੱਕ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਅੱਜ ਤੋਂ ਉਹਨੇ ਮੁੱਢ ਕਦੀ ਤੋਂ ਜਦੋਂ ਬਾਹਰਲੇ ਹਮਲਾਵਰ ਆਉਂਦੇ ਆ ਨਾ, ਉਦੋਂ ਮਿਸਲਾਂ ਵੀ ਬੜੀਆਂ ਆਪਸ ਮੇਂ ਲੜਦੀਆਂ ਸੀ, ਉਹ ਵੀ ਅਭਿਆਸ ਹੀ ਹੁੰਦਾ ਰਹਿੰਦਾ ਸੀ ਉਹਨਾਂ ਦਾ, ਪਰ ਜਦੋਂ ਕੀ ਆ ਬਾਹਰਲਾ ਹਮਲਾ ਔਰਤ ਇਕੱਠੀਆਂ ਹੋ ਜਾਂਦੀਆਂ ਸੀ। ਇਹ ਗੱਲ ਯਾਦ ਰੱਖਿਓ, ਸਾਰੀਆਂ ਕਿਸਾਨ ਸੰਗਠਨਾਂ ਨੂੰ ਲੋਕ ਇਕੱਠੇ ਕਰਨਗੇ। ਕੱਲ੍ਹ ਸ਼ੇਰੋ ਪਿੰਡ ਦੇ ਵਿੱਚ ਇਕੱਠ ਹੁੰਦਾ, ਅਗਰਾਹਾਂ ਜਥੇਬੰਦੀ ਇਕੱਠ ਕਰਦੀ ਆ ਤਾਂ ਲੋਕ ਕਹਿੰਦੇ ਵੀ ਜੇ ਹੁਣ ਨਹੀਂ ਜਾਣਾ, ਸਾਡੇ ਭਾਈਆਂ ਦੇ ਕੁੱਟ ਪਈ ਜਾਂਦੇ, ਫਿਰ ਜਾਣਾ ਕਦੋਂ ਆ, ਤੁਸੀਂ ਕਦੋਂ ਫੈਸਲੇ ਲਓਗੇ? ਉਹਨਾਂ ਲੋਕਾਂ ਨੇ ਕੀ ਆਪਦੇ ਆਗੂਆਂ ਨੂੰ ਲੋਕ ਪੈ ਰਹੇ ਆ, ਹੁਣ ਉਹਨਾਂ ਦੀ ਮਜਬੂਰੀ ਬਣ ਜਾਣੀ ਆ। ਮੈਂ ਇੱਕ ਗੱਲ ਕਹਿਣਾ, ਜਿਹੜੇ ਉੱਥੇ ਦੋ ਆਗੂ ਬੈਠੇ ਵੀ ਹੈਗੇ ਆ, ਹੋਰ ਵੀ ਜਥੇਬੰਦੀਆਂ ਨਾਲ ਆ, ਉਹਨਾਂ ਨੂੰ ਵੀ ਸਭ ਤੋਂ ਪਹਿਲਾਂ ਤਾਂ ਖੁੱਲ੍ਹੇ ਦਿਲ ਨਾਲ ਸਵਾਗਤ ਕਰਨਾ ਚਾਹੀਦਾ, ਅਤੇ ਉਹਨਾਂ ਨੂੰ ਮੈਂ ਕਹਿਣਾ ਇੱਕ ਓਫੀਸ਼ਲੀ ਬਿਆਨ ਦੇਣਾ ਚਾਹੀਦਾ ਵੀ ਸਾਨੂੰ ਅੱਜ ਭਾਈ ਲੋੜ ਆ ਜਾਓ, ਇਹ ਕੋਈ ਵੱਡੇ ਹੋਣ ਦੀ ਲੜਾਈ ਨਹੀਂ। ਅਤੇ ਦੂਜਿਆਂ ਨੂੰ ਵੀ ਦਿਲ ਖੋਲ੍ਹ ਕੇ ਮੈਂ ਕਹਿਣਾ, ਜੇ ਨਹੀਂ ਵੀ ਕਹਿੰਦੇ ਤਾਂ ਨਾਲ ਜਾ ਕੇ ਖੜਨਾ ਪਊ, ਕਿਉਂਕਿ ਜੇ ਉੱਥੇ ਸੰਗਠਨ ਦੇ ਕੀ ਆ, ਜਿਵੇਂ ਜਿਸ ਤਰ੍ਹਾਂ ਨਾਲ ਬਾਹਰੋਂ ਅਟੈਕ ਹੋ ਰਹੇ ਆ, ਜੇ ਅੱਜ ਉੱਥੇ ਦੋਨੇ ਸੰਗਠਨ ਜਾਂ ਉੱਥੇ ਪੰਜਾਬ ਦੀ ਕਿਸਾਨੀ ਜਿਹੜੀ ਜਜ਼ਬਾਤੀ ਖੜੀ ਆ, ਜੇ ਉੱਥੇ ਹਰਦੀ ਆ, ਤਾਂ ਸਾਰੀਆਂ ਜਥੇਬੰਦੀਆਂ ਹੀ ਹਰਦੀਆਂ ਨੇ, ਕੋਈ ਦੋ ਨਹੀਂ ਹਰਨਗੀਆਂ। ਪੰਜਾਬ ਦੀ ਕਿਸਾਨੀ ਨਹੀਂ ਹਰੂ, ਮੁਲਕ ਦੀ ਕਿਸਾਨੀ ਹਰੂ। ਅਤੇ ਸਾਡੇ ਜਿਹੜੇ ਆਗੂ ਨੇ, ਇਹ ਕਹਿੰਦਾ 500 ਸੰਗਠਨ ਆ ਕਿਸਾਨ ਸੰਗਠਨ, ਅਤੇ 500 ਦੇ 500 ਕਿਸਾਨ ਸੰਗਠਨ ਅਜੇ ਤੱਕ ਕੀ ਆ, ਖੜ੍ਹੇ ਨਹੀਂ। ਪਰ ਮੈਂ ਦਾਅਵਾ ਕਰਦਾ ਕਿ ਦੋ ਕੁ ਦਿਨਾਂ ਦੇ ਵਿੱਚ ਵਿੱਚ 500 ਦੇ 500 ਸੰਗਠਨ ਕੀ ਆ, ਇਸ ਮੁੱਦੇ ਦੇ ਉੱਤੇ ਹੁਣ ਇਕੱਠੇ ਵੀ ਹੋਣਗੇ, ਨਾਲ ਵੀ ਖੜਨਗੇ, ਅਤੇ ਲੋਕ ਇਕੱਠੇ ਖੜਨਗੇ। ਲੋਕ ਇਕੱਠੇ ਕਰ, ਕਿਉਂਕਿ ਲੋਕਾਂ ਦੀ ਤਾਕਤ ਅਸਲ ਜਿਹੜੀ ਹੈਗੀ ਕਿਸਾਨ ਅੰਦੋਲਨ 'ਚ, ਪਹਿਲਾਂ 'ਚ ਵੀ ਲੋਕਾਂ ਨੇ ਦੇਖੀ ਆ, ਅਤੇ ਹੁਣ ਵੀ ਕੀ ਆ, ਕਿਸਾਨ ਅੰਦੋਲਨ ਨੂੰ ਇਕੱਠਾ ਹੀ ਲੋਕ ਕਰਨਗੇ। ਅਤੇ ਮੈਂ ਕਹਿੰਦਾ ਸਭ ਤੋਂ ਵੱਡੀ ਗੱਲ ਕੀ ਆ, ਜਿਹੜਾ ਮੋਦੀ ਵਰਗੇ ਨੇ ਪ੍ਰੋਪੇਗੰਡਾ ਕਰ ਰਿਹਾ ਸੀ, ਹੁਣ ਮੋਦੀ ਵਰਗੇ ਨੇ ਭਾਰਤ ਰਤਨ ਦਿੱਤੇ, ਉਹਨੇ ਸੋਚਿਆ ਵੀ ਕੀ ਆ, ਅਸੀਂ ਖਾਲੀ ਲੋਕਾਂ ਦੇ ਦਿਲ ਜਿੱਤ ਲਾਂਗੇ। ਇੱਕ ਉਹ ਚੌਧਰੀ ਦੇ ਮਾਕੇ, ਚੌਧਰੀ ਨੂੰ ਮਾਕੇ ਦਿੱਤਾ ਉਹਨਾਂ ਨੇ, ਠੀਕ ਹੈ ਨਾ। ਇੱਕ ਦੂਸਰਾ ਜਿਹੜਾ ਸਵਾਮੀਨਾਥਨ ਨੂੰ ਦਿੱਤਾ, ਹੁਣ ਉਹ ਸਾਡੇ, ਜਿਵੇਂ ਮੈਂ ਕਹਿਣਾ ਹੁੰਦਾ ਕਿ ਅਸੀਂ ਬਾਬੇ ਨਾਨਕ ਨੂੰ ਮੰਨਦੇ, ਬਾਬੇ ਨਾਨਕ ਦੀ ਨਹੀਂ ਮੰਨਦੇ, ਅਤੇ ਮੈਂ ਕਹਿੰਦਾ ਸਵਾਮੀਨਾਥਨ ਨੂੰ ਤਾਂ ਮੰਨਦੇ, ਸਵਾਮੀਨਾਥਨ ਦੀ ਨਹੀਂ ਮੰਨਦੇ ਯਾਰ। C2 ਫਾਰਮੂਲਾ ਲਾਗੂ ਕਰਨ ਦੀ ਗੱਲ ਹੀ ਇਹ ਕਹਿ ਰਹੇ, ਅਤੇ ਗਰੰਟੀ ਦੇਣ ਦੀ ਗੱਲ ਕਰ ਰਹੇ ਆ। ਉਹ ਬਣਾਇਆ ਵੀ ਤਾਂ ਗਿਆ ਸੀ ਕਿਉਂਕਿ 2004 'ਚ ਬਾਈ ਜੀ ਕਿਸਾਨਾਂ ਨੇ ਖੁਦਕੁਸ਼ੀਆਂ ਨਹੀਂ ਹੋ ਰਹੀਆਂ ਸੀ, ਉਹਦੇ ਕਰਕੇ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਮਾਕੇ ਜਿਹੜਾ ਇਹ ਮਾਕੇ ਬਣਾਇਆ ਗਿਆ ਸੀ ਆਪਣਾ ਸਵਾਮੀਨਾਥਨ ਕਮਿਸ਼ਨ, ਠੀਕ ਹੈ ਨਾ, ਉਹ ਤਾਂ ਹੀ ਬਣਾਇਆ ਕਿ ਖੁਦਕੁਸ਼ੀਆਂ ਰੋਕੀਆਂ ਕਿਵੇਂ ਜਾਣ। ਤਾਂ ਉਹਦੇ ਸੰਬੰਧ ਦੇ ਵਿੱਚ 2004 ਤੋਂ ਲੈ ਕੇ ਦਸੰਬਰ 2004 ਤੋਂ 2006 ਤੱਕ ਉਹਨੇ ਪੰਜਾਬ ਦੀਆਂ ਰਿਪੋਰਟਾਂ ਦਿੱਤੀਆਂ ਨੇ। ਬੇਸ਼ੱਕ ਕੀ ਉਹਨੂੰ ਸਰਕਾਰ ਵੀ ਕੀ ਇਹੀ ਰਾਹੁਲ ਗਾਂਧੀ ਕੀ ਪਾਰਟੀ ਦੀ ਸੀ, ਹੁਣ ਕਹਿ ਰਿਹਾ ਕਿ MSP ਮੈਂ ਦੇਊਂਗਾ, ਮੈਨੂੰ ਜਿਤਾ ਦਿਓ। ਬਾਈ ਜੀ MSP ਦੇ ਚੁਟਕੀ ਵਾਲਾ ਮੰਤਰੀ ਵੀ ਕਹਿੰਦਾ ਸੀ ਆਪ ਵਾਲਿਆਂ ਦਾ, ਸਾਰੇ ਜਾਣਦੇ ਆ ਮੈਂ ਗੱਲ ਕਰਦਾ, ਠੀਕ ਹੈ ਨਾ। ਇਹਨਾਂ ਦਾ ਕੇਜਰੀਵਾਲ ਸਾਹਿਬ ਨੇ ਪਿਛਲੇ 2020 ਦਾ ਟਵੀਟ ਪਿਆ ਬਾਈ ਜੀ, ਉਹਦਾ ਕੇਜਰੀਵਾਲ ਸ਼ਰੇਆਮ ਕੀ ਆ ਟਵੀਟ ਕਰਕੇ ਕਹਿ ਰਿਹਾ ਸੀ ਕਿ ਜੇ ਸੈਂਟਰ ਨਹੀਂ ਦਿੰਦਾ MSP ਤਾਂ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਹ ਗੱਲ ਦੇ ਉੱਤੇ ਮੈਂ ਕੀ ਆ ਬਿਆਨ ਦੇਵੇ, ਅਤੇ ਕਹੇ ਕਿ ਮੈਂ MSP ਦਿਊ, ਸਟੇਟ ਸਰਕਾਰ MSP ਦਿਊ, ਅਤੇ ਹੁਣ ਸਰਕਾਰ ਉਹਨਾਂ ਦੀ ਆ, ਦੇ ਦੇਣ। ਚੁਟਕੀ ਮਾਰ ਕੇ ਉਹਨਾਂ ਦਾ ਮੰਤਰੀ ਜਦੋਂ ਕਹਿੰਦੇ ਤੁਹਾਡੇ ਵਰਗੇ ਭਰਾਵਾਂ ਨੇ ਸਵਾਲ ਪੁੱਛ ਲਿਆ ਵੀ ਤੁਹਾਡੇ ਕੋਲ ਕੋਈ ਰੋਡ ਮੈਪ ਹੈਗਾ, ਉਹ ਕਹਿੰਦੀ ਅਸੀਂ ਐਵੇਂ ਥੋੜ੍ਹੀ ਫੋਕੀਆਂ ਗੱਲਾਂ ਕਰਦੇ, ਸਾਡੇ ਕੋਲ ਰੋਡ ਮੈਪ ਵੀ ਹੈਗਾ, ਅਸੀਂ 28 ਦੀਆਂ 28 ਫਸਲਾਂ 'ਤੇ ਤੜਕੇ ਨੂੰ ਕਹਿੰਦੇ MSP ਦਿੰਦੇ ਹਾਂ, ਤੁਸੀਂ ਕਿਹਾ ਅਮਰਿੰਦਰ ਸਿੰਘ ਅਸਤੀਫਾ ਦੇਵੇ। ਹੁਣ ਤਾਂ ਭਾਈ ਬੀਬਾ ਸਰਕਾਰ ਵੀ ਤੁਹਾਡੀ, ਮੰਤਰੀ ਵੀ ਤੁਸੀਂ। ਹੁਣ ਮਸਲਾ ਤਾਂ ਇਹ ਆ ਵੀ ਜਿਹੜੇ ਮਸਲੇ ਹੈਗੇ ਆ ਨਾ, ਇਹਨਾਂ ਮਸਲਿਆਂ ਦੇ ਉੱਤੇ, ਹੁਣ ਤੁਸੀਂ ਰਾਹੁਲ ਗਾਂਧੀ ਦੀ ਗੱਲ ਕੀਤੀ, 2004 ਦੇ ਵਿੱਚ ਵਾਜਪਾਈ ਸਰਕਾਰ ਜਾਂਦੀ ਆ, ਅਤੇ 4 ਤੋਂ ਬਾਅਦ ਹੀ ਕੀ ਆ ਰਿਪੋਰਟ ਆਉਂਦੀ ਆ, ਕਾਂਗਰਸ ਸਰਕਾਰ ਰਹਿੰਦੀ ਆ 2000, ਮੈਂ ਕਿ ਇਹਨਾਂ ਦੀ 14 ਤੱਕ ਸਰਕਾਰ ਰਹਿੰਦੀ ਆ, ਤਾਂ 14 'ਚ ਆਪਾਂ ਜਾਣਦੇ ਹਾਂ ਕਿ ਮੋਦੀ ਆਉਂਦਾ। ਮੋਦੀ ਵੀ ਹਾਲਾਂਕਿ ਆਪਣੇ ਚੋਣ ਮੈਨੀਫੈਸਟੋ 'ਚ ਇਹ ਗੱਲ ਲਿਖ ਕੇ ਆਇਆ ਕਿ ਅਸੀਂ ਇਹ ਕੀਮਤਾਂ ਦੇਵਾਂਗੇ, ਠੀਕ ਹੈ ਨਾ, ਤਾਂ ਕੀਮਤਾਂ ਹੀ ਮੰਗਦੇ ਹਾਂ ਯਾਰ। ਹੁਣ ਸਭ ਤੋਂ ਵੱਡੀ ਗੱਲ ਬਾਈ ਜੀ ਐਮ ਕੀ ਆ, ਪਿਛਲੇ ਕਿਸਾਨ ਅੰਦੋਲਨ ਦੇ ਵਿੱਚ ਇੱਕ ਵਿਗਿਆਨੀ ਸੀ ਜਿਹਨੇ ਸਟੇਜ ਤੋਂ ਕੀ ਆ ਜਲੂਸ ਕੱਢਿਆ ਸੀ ਇਹਨਾਂ ਦਾ, ਅਤੇ ਅਵਾਰਡ ਵਾਪਸ ਕੀਤਾ ਸੀ ਡਾਕਟਰ ਵਰਿੰਦਰਪਾਲ, ਜਿਹੜੇ PHU ਤੋਂ ਅਸਤੀਫਾ ਵੀ ਦੇ ਕੇ ਬੜੇ ਵੱਡੇ ਮਿਸ਼ਨ 'ਤੇ ਲੱਗੇ ਹੋਏ ਆ। ਉਸੇ ਤਰੀਕੇ ਨਾਲ ਸਵਾਮੀਨਾਥਨ ਦੀ ਬੇਟੀ ਨੇ ਕੱਲ੍ਹ ਜਲੂਸ ਕੱਢਤਾ, ਮੈਂ ਧੰਨਵਾਦ ਕਰਦਾ ਅਤੇ ਸਾਰੇ ਲੋਕਾਂ ਨੂੰ ਉਹਦਾ ਬਿਆਨ ਜ਼ਰੂਰ ਦੱਸਣਾ ਚਾਹੁੰਦਾ। ਸਵਾਮੀਨਾਥਨ ਜਿਹਨੂੰ ਕੀ ਇਹਨਾਂ ਨੇ ਭਾਰਤ ਰਤਨ ਦੇਣ ਦੀ ਗੱਲ ਕੀਤੀ, ਉਸੇ ਸਮਾਗਮ ਦੇ ਵਿੱਚ ਉਹ ਵੀਡੀਓ ਕਾਨਫਰੰਸ ਰਾਹੀਂ ਮੈਂ ਕਿ ਐਡ ਹੁੰਦੇ ਆ,
ਅਤੇ ਉਹ ਕੀ ਆ ਕਹਿੰਦੇ ਕੀ ਆ, ਕਿਉਂਕਿ ਖੁਦ ਉਹ ਸਾਇੰਟਿਸਟ ਨੇ, ਬੜੇ ਤਕੜੇ ਮਾ ਕੇ ਇਕੋਨੋਮਿਸਟ ਨੇ, ਉਹ ਕੀ ਆ ਬਿਆਨ ਇਹੀ ਦਿੰਦੇ ਆ ਕਿ ਇਹ ਕਿਸਾਨ ਨੇ ਜਿਹੜੇ ਹੈਗੇ ਆ, ਠੀਕ ਹੈ ਨਾ, ਇਹ ਫਾਰਮਰ ਜਿਹੜੇ ਹੈਗੇ ਆ ਇਹ ਕੋਈ ਅੱਤਵਾਦੀ ਨਹੀਂ ਹੈਗੇ। ਤੁਸੀਂ ਕਹਿੰਦੇ ਕੰਡਿਆਲੀਆਂ ਤਾਰਾਂ ਵਿਛਾਤੀਆਂ ਵਿਛਾਤੀਆਂ, ਲੋੜ ਆ ਤੁਹਾਨੂੰ ਬੈਠ ਕੇ ਸਮੱਸਿਆ ਦੇ ਹੱਲ ਕਰਨ ਦੀ। ਉਹਨੇ ਚਪੇੜ ਮਾਰੀ ਆ ਮੋਦੀ ਦੇ ਮੂੰਹ 'ਤੇ, ਸਵਾਮੀਨਾਥਨ ਦੀ ਬੇਟੀ ਨੇ, ਅਤੇ ਉਹਨੇ ਉਹ ਕਿਉਂਕਿ ਉਹ ਜਾਣਦੀ ਹੈ ਕਿ ਇਹ ਮੰਗ ਕੀ ਕਰਦੇ ਆ। ਯਾਰ ਮੈਂ ਕਹਿੰਦਾ ਵੀ ਮੈਂ ਉਹ ਫਾਰਮੂਲਾ ਜਿਹੜੇ ਤੁਹਾਨੂੰ ਮੈਂ ਦੱਸਿਆ ਸੀ ਸੀ ਟੂ ਫਾਰਮੂਲਾ, ਪਹਿਲਾਂ ਆਪਾਂ ਗੱਲ ਕਰਦੇ ਸੀ, ਪੰਜਾਬ ਦੇ ਲੋਕਾਂ ਨੂੰ ਮੈਂ ਇੱਕੋ ਗੱਲ ਕਰਨੀ ਚਾਹੁੰਦਾ ਕਿ ਸੀ ਟੂ ਫਾਰਮੂਲਾ ਜਿਹੜਾ ਹੈਗਾ, ਠੀਕ ਹੈ ਨਾ ਬਾਈ ਜੀ, ਕੰਪਰੀਹੈਂਸਿਵ ਕੋਸਟ ਦਾ ਫਾਰਮੂਲਾ, ਉਹ ਲੋਕਾਂ ਨੂੰ ਵੀ ਦੱਸਣਾ ਜ਼ਰੂਰ ਮੈਂ ਕਿ ਚਾਹੁੰਦਾ ਕਿ ਲੋਕਾਂ ਨੂੰ ਪਤਾ ਲੱਗੇ। ਸਿੰਪਲ ਜਿਹਾ ਫਾਰਮੂਲਾ ਬਾਈ ਜੀ, ਉਹਦੇ 'ਚ ਕੀ ਆ ਜਿਹੜੀ ਮੰਗ ਕੀਤੀ ਜਾ ਰਹੀ ਆ, ਪਹਿਲਾਂ ਸਾਨੂੰ ਜਿਹੜੀ ਕੀ ਆ ਦਿੱਤੀ ਜਾਂਦੀ ਸੀ ਕੀਮਤ ਤੈਅ ਹੁੰਦੀ ਸੀ MSP, ਉਹ A2+50%। A2 ਦਾ ਮਤਲਬ ਕਿ ਫਸਲ ਦੇ ਉੱਤੇ ਪੈਦਾ ਕਰਦੇ ਜਿੰਨਾ ਖਰਚ ਆਉਂਦਾ, ਉਹਦੇ ਬੀਜ ਤੋਂ ਲੈ ਕੇ ਵਾਹ ਵਹਾਈ ਦਾ ਖਰਚ ਲਾ ਲਓ, ਰੇਹਾਂ ਸਪਰੇਆਂ ਦਾ ਖਰਚ ਲਾ ਲਓ, ਸਾਰੀ ਕੋਸਟ ਐਡ ਕਰਕੇ ਜਿਹੜੀ ਆਪਾਂ ਲੇਬਰ ਉਹਦੇ ਅਪੁਆਇੰਟ ਕਰਦੇ ਹਾਂ, ਕੋਈ ਦਿਹਾੜੀਆਂ ਲੈ ਕੇ ਆਉਣੇ ਆ, ਉਹ A2 ਕੋਸਟ ਆ, ਉਹਦੇ ਵਿੱਚ +50% ਜਿਹੜਾ ਕਿ ਪ੍ਰੋਫਿਟ ਜੋੜ ਕੇ ਪਹਿਲਾਂ ਕੀਮਤ ਮਿਲਦੀ ਸੀ, ਤਾਂ ਖੁਦਕੁਸ਼ੀਆਂ ਹੁਣ ਉਹ ਹਟ ਨਹੀਂ ਰਹੀਆਂ ਸੀ। ਤਾਂ ਸਵਾਮੀਨਾਥਨ ਨੇ ਰਿਪੋਰਟ ਕੀ ਦਿੱਤੀ, ਉਹਨਾਂ ਨੇ ਕਿਤੇ A2+ ਕੀ ਆ, ਨਾਲ ਉਹਨਾਂ ਨੇ ਜਿਹੜੀ ਕੀਤੀ ਸੀ, ਠੀਕ ਹੈ ਨਾ, FL ਹੁੰਦੀ ਆ ਫੈਮਿਲੀ ਲੇਬਰ, ਜਿਹੜਾ ਪਰਿਵਾਰ ਦਾ ਜੀ ਆ ਜਾਂ ਪਰਿਵਾਰ ਦੇ ਜਿੰਨੇ ਮੈਂਬਰ ਖੇਤੀ 'ਚ ਕੰਮ ਕਰਦੇ ਆ ਉਹਨਾਂ ਸਾਰਿਆਂ ਦੀ ਦਿਹਾੜੀ ਵਿੱਚ ਜੋੜੀ ਜਾਵੇ। ਉਹਨਾਂ ਨੇ ਪਲੱਸ ਉਹਦੇ ਨਾਲ ਬਾਈ ਜੀ ਜਿਹੜਾ C2 ਕੀਤਾ ਸੀ, ਦੋ ਤਰ੍ਹਾਂ ਦੀ ਕੋਸਟ ਐਡ ਕੀਤੀ ਸੀ। ਇੱਕ ਤਾਂ ਜਿਹੜੀ ਹੈਗੀ ਆ ਸਭ ਤੋਂ ਵੱਡੀ ਕੋਸਟ ਸੀਗੀ ਕੋਸਟ ਆਫ ਕੈਪੀਟਲ, ਜਿਹੜੀ ਕੈਪੀਟਲ ਦੀ ਕੋਸਟ ਆ। ਕੈਪੀਟਲ ਮਤਲਬ ਕੀ ਹੈ, ਇੱਕ ਜ਼ਿਮੀਂਦਾਰ ਕੋਲ ਬਾਈ ਜੀ 8 ਲੱਖ ਦਾ ਟਰੈਕਟਰ ਆ, 8 ਲੱਖ ਦੇ ਸੰਦ ਨੇ, 15 ਲੱਖ ਉਹਨੇ ਕੀ ਆ, ਮਤਲਬ 15-16 ਲੱਖ ਇਨਵੈਸਟ ਕਰੀ ਬੈਠਾ, ਤਾਂ ਉਹਦਾ ਵਿਆਜ ਬਣਦਾ, ਉਹ ਵਿਆਜ ਕੀ ਹੈ ਵਿੱਚ ਜੋੜੇ। ਉਸ ਤੋਂ ਬਿਨਾਂ ਕਿ ਉਹਨਾਂ ਨੇ ਇੱਕ ਰੈਂਟ ਜੋੜਿਆ ਸੀਗਾ ਜ਼ਮੀਨ ਦਾ, ਕਿਉਂਕਿ ਅੱਜ ਅਸੀਂ ਜਾਣਦੇ ਜ਼ਿਆਦਾਤਰ ਲੋਕ ਕੀ ਆ ਠੇਕੇ 'ਤੇ ਲੈ ਕੇ ਜ਼ਮੀਨ ਖੇਤੀ ਕਰਦਾ ਛੋਟਾ ਜ਼ਿਮੀਂਦਾਰ, ਤਾਂ ਉਹ ਠੇਕੇ ਦੀ ਜਿਹੜੀ ਕੋਸਟ ਆ, ਮੰਨ ਲਓ 50,000-60,000 ਜਿੰਨਾ ਠੇਕਾ ਚੱਲਦਾ, ਉਹ ਠੇਕੇ ਦੀ ਕੋਸਟ ਵਿੱਚ ਜੋੜੀ ਜਾਵੇ। ਪਲੱਸ ਉਹਦੇ ਵਿੱਚ ਉਹਨਾਂ ਨੇ ਫਿਰ 50% ਉੱਤੇ ਲਾ ਕੇ ਕੀਤਾ, ਜਿਹਦੇ ਨਾਲ 80% ਜਿਨਸਾਂ ਦੇ ਰੇਟ ਕੀ ਆ ਸਾਨੂੰ ਵੱਧ ਮਿਲਣਗੇ। ਤਾਂ ਇਹ ਚੀਜ਼ਾਂ ਜਿਹੜਾ ਫਾਰਮੂਲਾ ਹੈਗਾ ਜਿਹਦੇ ਦੇ ਉੱਤੇ ਮੰਗ ਕੀਤੀ ਜਾ ਰਹੀ ਆ, ਯਾਰ ਇਹ ਕੀ ਨਜਾਇਜ਼ ਆ। ਹੁਣ ਜ਼ਿਮੀਂਦਾਰ ਨੂੰ ਬਚਦਾ ਕੀ ਆ, ਇਕੱਲਾ ਅਸੀਂ 50% ਪ੍ਰੋਫਿਟ ਨਾ ਦੇਖੀਏ, ਜ਼ਿਮੀਂਦਾਰ ਦੇ ਖਰਚੇ ਜਿਹੜੇ ਹੈਗੇ ਆ, ਹੁਣ ਇਹ 2014 ਤੋਂ ਹੁਣ ਤੱਕ ਦਾ ਵਾਧਾ ਗਣਾਤਾ ਇਹਨਾਂ ਨੇ ਆਪਦੇ ਇਸ਼ਤਿਹਾਰ ਦੇ ਵਿੱਚ ਵੀ ਲਿਖਿਆ ਵੀ 1400 ਤੋਂ ਕੀਮਤ ਅਸੀਂ ਕੀ ਆ 2250 ਦੇਈ ਜਾਂਦੇ ਹਾਂ, 2250 ਦੇਈ ਜਾਂਦੇ ਹਾਂ। ਉਹਨਾਂ ਦੇ ਖਰਚੇ ਜੋੜ ਲਓ, ਤੇਲ ਉਦੋਂ 50 ਰੁਪਏ ਸੀ 2014 'ਚ, ਅਤੇ ਅੱਜ ਤੇਲ ਜਿਹੜਾ 90 ਰੁਪਏ ਹੋਇਆ ਪਿਆ। ਹੁਣ ਇਸੇ ਕਰਕੇ ਮੈਂ ਕਹਿਣਾ ਵੀ ਸਵਾਮੀਨਾਥਨ ਰਿਪੋਰਟ ਦੇ ਉੱਤੇ ਉਹਨਾਂ ਨੇ ਕੀਤੀ ਆ। ਦੂਸਰਾ ਜਿਹੜਾ ਮੈਂ ਕੀ ਆ, ਚੌਧਰੀ ਸਾਹਿਬ ਦੇ ਬੇਟੇ ਨੂੰ ਮੈਂ ਕਿ ਅੱਜ ਕੱਲ੍ਹ ਚਾਅ ਚੜਿਆ ਪਿਆ, ਮੋਦੀ ਦੇ ਕੰਧਾੜੇ ਚੜ੍ਹੇ ਪਿਆ, ਕਹਿੰਦੇ ਵੀ ਬਿਆਨ ਦੇਤਾ, ਬੜਾ ਵਧੀਆ ਕੰਮ ਕੀਤਾ ਇਹਨਾਂ ਨੇ। ਪਰ ਚੌਧਰੀ ਸਾਹਿਬ ਨੂੰ ਜ਼ਿਮੀਂਦਾਰਾਂ ਦੇ ਕਿਸਾਨਾਂ ਦੇ ਹੱਕਾਂ ਖਾਤਰ ਲੜਨ ਖਾਤਰ ਹੀ ਇਹ ਭਾਰਤ ਰਤਨ ਮਿਲਿਆ। ਅੱਜ ਉਹਦਾ ਵੀ ਮਿਆਂਕ ਮੱਕ ਜਿਹੜਾ ਹੈਗਾ ਚੌਧਰੀ, ਉਹਦਾ ਵੀ ਹੱਕ ਬਣਦਾ, ਉਹ ਵੀ ਕਿ ਅੱਜ ਮੈਂ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਕੋਈ ਨਾ ਕੋਈ ਹਾਦਾ ਨਾਰਾ ਮਾਰੇ। ਅਤੇ ਮੈਂ ਪੂਰੇ ਮੁਲਕ ਦੇ ਲੋਕਾਂ ਨੂੰ ਵੀ ਗੱਲ ਕਰਦਾ ਕਿ ਤੁਸੀਂ ਵੀ ਇਹ ਗੱਲ ਸਮਝੋ, ਜਿਹੜੇ ਨੈਰੇਟਿਵ ਬਣਾਇਆ ਜਾ ਰਿਹਾ, ਇਹ ਜਿਹੜੀ ਲੜਾਈ ਆ ਇਹ ਪੰਜਾਬ ਨੂੰ ਆਈਸੋਲੇਟ ਕਰਨ ਦੀ ਲੜਾਈ ਹੈ, ਸਾਡੀ ਕੋਈ ਉਹਦੀ ਲੜਾਈ ਨਹੀਂ। ਸਭ ਤੋਂ ਵੱਡਾ ਜਿਹੜਾ ਮੈਂ ਕਹਿੰਦਾ ਅੱਜ ਪੰਜਾਬ ਦੇ ਵਿੱਚ ਬਾਈ ਤੁਸੀਂ ਉੱਥੇ ਰਹਿ ਕੇ ਦੇਖ ਕੇ ਆਏ ਹੋ, ਉੱਥੇ ਜਿਹੜਾ ਨੈਰੇਟਿਵ ਉਭਾਰਿਆ ਜਾ ਰਿਹਾ, ਕਈ ਬੰਦੇ ਨਾ ਫੇਸਬੁੱਕ 'ਤੇ ਮੈਂ ਉਹਨਾਂ ਨੂੰ ਸ਼ਬਦ ਨਹੀਂ ਵਰਤਣਾ ਚਾਹੁੰਦਾ, ਠੀਕ ਹੈ ਨਾ, ਜਿਹੜੇ ਭਕਾਈ ਮਾਰਦੇ ਆ ਅਸੀਂ ਕਹਿ ਦਿੰਦੇ ਹਾਂ, ਉਹ ਕਹਿੰਦਾ ਸਾਨੂੰ ਵੱਖਰੇ ਸੂਬੇ ਦੀ ਵੀ ਹੁਣ ਗੱਲ ਕਰਨੀ ਚਾਹੀਦੀ ਆ। ਮਹਾਂ ਲੈ ਲਿਓ ਵੱਖਰਾ ਸੂਬਾ ਜੀ ਨੇ ਲੈਣਾ, ਜਿਹੜੇ ਅੱਜ ਬਾਹਰ ਬੈਠੇ ਗੱਲਾਂ ਕਰਦੇ ਨਾ ਇੱਥੇ ਆ ਕੇ ਲਾ ਕੇ ਮੋਰਚਾ, ਤੁਸੀਂ ਲੈ ਲਓ ਜਿਹੜਾ ਕੁਛ ਲੈਣਾ। ਅੱਜ ਉਹ ਆਈਸੋਲੇਟ ਕਰਨ ਨੂੰ ਫਿਰਦੇ ਆ ਅਤੇ ਤੁਸੀਂ ਉਹਨਾਂ ਦੇ ਫੇਵਰ ਦੇ ਵਿੱਚ ਭੁਗਤ ਰਹੇ ਹੋ। ਯਾਰ ਮੈਂ ਕਹਿੰਦਾ ਵੀ ਸਾਨੂੰ ਅੱਜ ਕੀ ਆ, ਸਾਨੂੰ ਵੱਖਰੇ ਸਟੇਟ ਦੀ ਸਾਰੀਆਂ ਮੰਗਾਂ ਛੱਡ ਕੇ ਸਾਨੂੰ ਹੋਣ ਦੀ ਲੜਾਈ ਆ ਸਾਡੀ ਦੀ, ਅਤੇ ਇਹਦੇ ਵਿੱਚ ਸਾਨੂੰ ਪੂਰੇ ਪੰਜਾਬ ਦੇ ਨਹੀਂ ਪੂਰੇ ਮੁਲਕ ਦੇ ਕਿਸਾਨਾਂ ਦਾ ਸਾਥ ਚਾਹੀਦਾ। ਜੇ ਅਸੀਂ ਨਾਲ ਸਟੇਟ ਦੀ ਮੰਗ ਜੋੜੀ ਜਾਂਦੇ ਹਾਂ, ਵੱਖਰੇ ਸੂਬੇ ਦੀ ਵੱਖਰੇ ਉਹਦੀ ਮੰਗ ਜੋੜਦੇ ਹਾਂ, ਤਾਂ ਉਹਦੇ ਨਾਲ ਬਾਈ ਜੀ ਮੈਂ ਕਹਿੰਦਾ ਸਾਡੇ ਨਾਲ ਮੁਲਕ ਤਾਂ ਪਹਿਲੀ ਉਹ ਤੋੜਨ ਨੂੰ ਫਿਰਦੇ ਆ, ਇਹਦਾ ਮਤਲਬ ਤੁਸੀਂ ਕੀ ਆ ਸਟੇਟ ਦੇ ਹੱਥ ਠੋਕੇ ਹੋ। ਪਰ ਉਹ ਕਹਿ ਰਹੇ ਆ ਨਾ ਕਿ ਬਾਰਡਰ ਤਾਂ ਇਸ ਤਰ੍ਹਾਂ ਜਿਵੇਂ ਪਾਕਿਸਤਾਨ ਦਾ ਆਉਂਦਾ ਸਾਨੂੰ ਅੱਗੇ ਲੰਘਣ ਦਿੰਦਾ, ਪਰ ਸਾਨੂੰ ਵੱਖਰਾ ਹੀ ਕਰ ਦਿਓ ਜੇ ਤੁਸੀਂ ਹੁਣ ਤੱਕ ਕਰ ਦਿੱਤਾ ਵੱਖਰਾ। ਬਾਈ ਜੀ ਇਹੀ ਚੀਜ਼ ਤਾਂ ਮੈਂ ਕਿ ਨੈਰੇਟਿਵ ਸਿਰਜਣਾ ਚਾਹੁੰਦੇ ਆ। ਅਕਾਲੀ ਮੈਂ ਕਹਿੰਦਾ ਵੀ BJP ਨੂੰ ਪੰਜਾਬ 'ਚੋਂ ਇੱਕ ਵੀ ਸੀਟ ਦੀ ਝਾਕ ਨਹੀਂ 13 ਚੋਂ 13, ਉਹ ਫਿਰ ਵੀ ਆਪਦੀ ਸਰਕਾਰ ਬਣਾਈ ਬੈਠੇ ਆ, ਹੁਣ ਆਈਸੋਲੇਟ ਕਰਨਾ ਚਾਹੁੰਦੇ ਆ।
ਇਹਦਾ ਹੁਣ ਜਿਵੇਂ ਮੈਂ ਕਹਿਣਾ ਵੀ ਪਰਸੋਂ ਚੌਥੇ ਦਾ ਮੈਂ ਕਿ ਮਸਲੇ ਚੱਲ ਰਿਹਾ ਕਾਮਰੇਡ ਵਰਸਿਸ ਸਿੱਖ ਦਾ, ਫਿਰ ਮੈਂ ਕਿ ਮਸਲਾ ਉਭਾਰਿਆ ਜਾ ਰਿਹਾ, ਇਹ ਉਭਾਰ ਜਿਹੜੇ ਰਹੇ ਆ ਨਾ ਜਿਹੜੇ ਭਕਾਈ ਮਾਰ ਰਹੇ ਆ ਲੋਕ, ਇਹ ਸਾਰੇ ਲੋਕ ਉਹੀ ਨੇ ਬਾਈ ਜੀ ਜਿਹੜੇ ਕਿਤੇ ਨਾ ਕਿਤੇ ਸਰਕਾਰ ਦੇ ਹੱਥ ਟੋਕਿਆ ਮੈਂ ਤਾਂ ਕਹਿਣਾ, ਅਤੇ ਸਰਕਾਰ ਨਾਲ ਰਲੇ ਵੇ ਆ ਸੈਂਟਰ ਸਰਕਾਰ ਨਾਲ, ਹੁਣ ਸੈਂਟਰ ਸਰਕਾਰ ਸਾਨੂੰ ਆਈਸੋਲੇਟ ਕਰਨਾ ਚਾਹੁੰਦੀ ਆ। ਅੱਜ ਅਸੀਂ ਆਪਦੇ ਕੀ ਆ ਨਿੱਜੀ ਮੁੱਦਿਆਂ ਦੀ ਗੱਲ ਕਰਨ ਲੱਗ ਗਏ, ਉਹ ਤਾਂ ਪਹਿਲਾਂ ਹੀ ਕਹਿੰਦਾ ਕਿ ਪੰਜਾਬ ਦੇ ਦਾ ਅੰਦੋਲਨ ਆ, ਅਤੇ ਅਸੀਂ ਉਹ ਚੀਜ਼ 'ਤੇ ਮੋਹਰ ਲਾ ਰਹੇ ਹਾਂ। ਇਸੇ ਚੀਜ਼ ਨੂੰ ਅਸੀਂ ਕਹਿਣਾ ਕਿ ਪੰਜਾਬ ਦੇ ਨਹੀਂ ਪੂਰੇ ਮੁਲਕ ਦੇ ਲੋਕਾਂ ਨੂੰ ਇਹ ਸਮਝਣਾ ਚਾਹੀਦਾ। ਹੁਣ ਜਿਹੜੇ ਮੈਂ ਕਹਿੰਦੇ ਨਾ ਵੀ ਚੱਕ ਦਿਓ ਫੱਟੇ ਜਾਂ ਐਂ ਕਰ ਦਿਓ ਜੀ ਲੰਘ ਜਾਓ, ਹੁਣ ਜਿਹੜੇ ਕਿਸਾਨ ਆਗੂ ਬਾਈ ਜੀ ਉੱਥੇ ਮੂਹਰੇ ਲੱਗਿਆ ਪਿਆ ਨਾ, ਉਹਨਾਂ ਦੇ ਦਿਲ 'ਤੇ ਕੀ ਗੁਜ਼ਰਦੀ ਆ, ਰੋਜ਼ ਕਿਵੇਂ ਲੋਕਾਂ ਨੂੰ ਕੰਟਰੋਲ ਕਰੀ ਜਾਂਦੇ ਆ, ਇਹ ਬਹੁਤ ਔਖਾ ਮੈਂ ਕਿ ਹਾਲਾਤਾਂ ਦੇ ਵਿੱਚੋਂ ਮੈਂ ਕਿ ਉੱਥੇ ਸਾਡੇ ਕਿਸਾਨ ਵੀਰ ਲੰਘ ਰਹੇ ਆ, ਨੌਜਵਾਨ ਜਿਹੜੇ ਕੀ ਆ ਲਿਜਾਣੇ ਸੌਖੇ ਆ, ਸਾਹਮਣੇ ਬਹੁਤ ਔਖੇ ਆ ਉੱਥੇ। ਅੱਜ ਕੀ ਆ ਮੈਂ ਕਹਿੰਦਾ ਵੀ ਜਿਹੜੇ ਵੱਖਵਾਦੀਆਂ ਦਾ ਨਾਰਾ ਜਿਹੜਾ ਮੈਂ ਕਿ ਇੱਥੇ ਦਿੱਤਾ ਜਾ ਰਿਹਾ, ਕਈ ਲੋਕ ਉੱਥੇ ਨਾਰੇ ਵੀ ਮਾਰ ਰਹੇ ਆ, ਮੈਂ ਕਹਿੰਦਾ ਵੀ ਜਿਹੜੇ ਉਹ ਨਾਰਾ ਲਾਉਂਦੇ ਆ ਜੀ ਸਦ ਕੇ ਲੈਣ, ਚੰਡੀਗੜ੍ਹ ਚੌਂਕ 'ਚ ਬੈਠਣ। ਅੱਜ ਪੰਜਾਬ ਦੇ ਵਿੱਚ ਤਿੰਨ ਮਾ ਕੇ ਫਰੰਟਾਂ 'ਤੇ ਲੜਾਈ ਲੜੀ ਜਾ ਰਹੀ ਆ, ਜਿਹੜੇ ਦਾ ਜਿੱਥੇ ਚਿੱਤ ਕਰਦਾ ਉੱਥੇ ਜਾ ਕੇ ਲੜ ਲੈਣ। ਸਭ ਤੋਂ ਵੱਡੀ ਗੱਲ ਮੈਂ ਕਹਿੰਦਾ ਬੜੀ ਖੂਬਸੂਰਤੀ ਆ ਕਿ ਕਹਿੰਦਾ ਵੀ ਜਿਵੇਂ ਤੁਸੀਂ ਗੱਲ ਕੀਤੀ ਵੀ ਇਹ ਵੱਖਰੇ ਪਾੜੇ ਵੇ ਆ, ਪਾੜਿਆਂ ਦਾ ਫਾਇਦਾ ਵੀ ਹੋ ਰਿਹਾ। ਅਗਰਾਹਾਂ ਸਾਹਿਬ ਨੇ ਕਾਲ ਕਿੱਥੋਂ ਨਹੀਂ ਦਿੱਤੀ ਆ ਬਾਈ ਜੀ, ਚੰਡੀਗੜ੍ਹ ਘੇਰਨ ਦੀ। ਜਿਵੇਂ ਪਿਛਲੇ ਵਾਰੀ ਅੰਦੋਲਨ 'ਚ ਕੀ ਹੋਇਆ ਸੀ, ਕੈਪਟਨ ਅਮਰਿੰਦਰ ਸਿੰਘ ਨੂੰ ਚਾਅ ਚੜਿਆ ਹੋਇਆ ਸੀ ਵੀ ਜਾ ਕੇ ਦਿੱਲੀ ਨਾਲ ਲੜਨ, ਕਿ ਉਹਨੇ ਸਾਲ ਇੱਥੇ ਕੀ ਆ ਟਾਰਾ ਲਈਆਂ ਨਜ਼ਾਰੇ ਲਏ। ਨਵੀਂ ਸਰਕਾਰ ਕੀ ਇੱਥੇ ਨਜ਼ਾਰੇ ਨਾ ਲਵੇ ਦੇ ਵਾਸਤੇ ਹੁਣ ਅਗਰਾਹਾਂ ਸਾਹਿਬ ਨੇ ਕੀ ਸੱਦਾ ਦਿੱਤਾ, ਚੰਡੀਗੜ੍ਹ ਘੇਰਨ ਦਾ। ਚੰਡੀਗੜ੍ਹ ਘੇਰਨਗੇ, ਮੈਂ ਕਹਿੰਦਾ ਜਿਹੜੇ ਜਾਣਦੇ ਆ ਕਿ ਖੇਤੀਬਾੜੀ ਸਟੇਟ ਲਿਸਟ ਆ, ਸੂਬੇ ਦਾ ਮੈਟਰ ਆ, ਖੇਤੀ ਨੀਤੀ ਦੀ ਲੋੜ ਆ, ਉਹ ਕਿਹਨੇ ਬਣਾਉਣੀ ਆ? ਸੂਬਾ ਸਰਕਾਰ ਨੇ। ਉਹਦੇ 'ਤੇ ਗ੍ਰਾਹਕ ਸਾਹਿਬ ਨੇ ਕੀ ਆ ਬਿਪਤਾ ਪਾ ਰੱਖੀ ਹੈ ਇਹਨਾਂ ਨੂੰ, ਬਹੁਤ ਵੱਡਾ ਚੈਲੰਜ ਆ। ਪਰ ਲੋਕ ਤਾਂ ਇਹ ਕਹਿ ਰਹੇ ਕਿ ਉਹ ਡਰਦੇ ਮਾਰੇ ਡਾਂਗਾਂ ਸਾਡੇ ਪਈ ਜਾਂਦੀਆਂ, ਉਹ ਕਿਤੇ ਹੋਰ ਹੀ ਚੱਲੀ ਜਾਂਦੇ ਆ ਵੀ ਇੱਧਰ ਇੱਧਰ ਉਹ ਕਹਿੰਦੇ। ਮੈਂ ਕਹਿੰਦਾ ਬਾਈ ਜੀ ਇਹੀ ਗੱਲ ਕੀ ਆ, ਮੈਂ ਕਹਿੰਦਾ ਹੁਣ ਸਾਨੂੰ ਕਰਨਾ ਕੀ ਚਾਹੀਦਾ? ਸਭ ਤੋਂ ਵੱਡੀ ਗੱਲ ਇਹ ਆ ਕਿਸਾਨ ਆਗੂਆਂ ਨੂੰ ਕੀ ਆ, ਜਿਹੜੇ ਇਹਨਾਂ ਮੁੱਦਿਆਂ ਦੇ ਉੱਤੇ ਅੱਜ ਸਾਰੇ ਕਿਸਾਨ ਆਗੂਆਂ ਨੇ ਬਿਆਨ ਵੀ ਦਿੱਤੇ ਆ, ਸਾਰੀਆਂ ਉਹ ਜਥੇਬੰਦੀਆਂ 'ਚ ਨਾਲ ਵੀ ਖੜ ਗਈਆਂ, 16 ਦਾ ਭਾਰਤ ਬੰਦ ਦਾ ਵੀ ਸੱਦਾ, 18 ਨੂੰ ਵੱਡੇ ਫੈਸਲੇ ਵੀ ਲੈਣਗੇ। ਪਰ ਨਾਲ ਜਿਹੜੇ ਮੈਂ ਕਹਿੰਦੇ ਇਹਨਾਂ ਨੇ ਗੱਲ ਕੀਤੀ ਨਾ ਗ੍ਰਾਹਕਾਂ ਸਾਹਿਬ ਨੇ ਸਟੇਟ ਘੇਰਨ ਦੀ ਗੱਲ ਕੀਤੀ, ਉਹ ਬਹੁਤ ਜ਼ਰੂਰੀ ਆ, ਉਹ ਕੈਚ ਉਹਨਾਂ ਨੂੰ ਵੀ ਪਤਾ ਕਿ ਕੀ ਆ, ਇਹ ਵੀ ਨਜ਼ਾਰੇ ਲੈਣਗੇ, ਹੁਣ ਇਹਦਾ ਬੈਨੀਫਿਟ ਕਿਹਨੂੰ ਹੋ ਰਿਹਾ ਉਹ ਵੀ ਦੇਖਣਾ ਪਊਗਾ। ਮੈਂ ਕਹਿੰਦਾ ਇਹ ਕਿਸਾਨ ਅੰਦੋਲਨ ਦਾ ਬੈਨੀਫਿਟ, ਕਈ ਲੋਕਾਂ ਦੇ ਨਾ ਕਿਆਸ ਰੰਗਾਂ ਨੇ ਵੀ ਇਹਦਾ ਫਾਇਦਾ ਫਲਾਨਾ ਲੈ ਰਿਹਾ ਜੀ, ਫਲਾਨਾ ਕਾਂਗਰਸ ਫਾਇਦਾ ਲੈ ਜੂ, ਇਹਦਾ ਫਾਇਦਾ ਇਕੱਲੇ ਕਿਸਾਨਾਂ ਨੂੰ ਹੋਣਾ, ਯਾਦ ਰੱਖਿਓ ਮੇਰੀ ਗੱਲ। ਕਿਉਂ ਹੋਣਾ? ਕਿਉਂਕਿ ਇੱਧਰ ਸਟੇਟ ਸਰਕਾਰ ਵੀ ਘੇਰੀ ਜਾ ਰਹੀ ਆ, ਉੱਧਰੋਂ ਕੀ ਆ ਰਾਹੁਲ ਗਾਂਧੀ ਵਰਗੇ ਜਿਹੜੇ ਬਿਆਨ ਦਿੰਦੇ ਆ ਤਾਂ ਸੋਸ਼ਲ ਮੀਡੀਆ 'ਤੇ ਉਹਨਾਂ ਦੇ ਖਿਲਾਫ਼ ਵੀ ਹਨੇਰੀ ਬਣਾ ਰੱਖੀ ਆ ਲੋਕਾਂ ਨੇ ਵੀ ਤੁਹਾਡੀ ਸਰਕਾਰ ਸੀ, ਤੁਸੀਂ ਉਦੋਂ ਸਵਾਮੀਨਾਥਨ ਰਿਪੋਰਟ ਨਾਲ ਲਾਗੂ ਕਰ ਲਈ ਤੁਹਾਡੀਆਂ ਲੋਕ, ਕਿਉਂਕਿ ਸੋਸ਼ਲ ਮੀਡੀਆ ਨਾਲ ਨੌਲੇਜ ਹੀ ਲੋਕਾਂ ਨੂੰ ਇੰਨੀ ਆ ਚੁੱਕੀ ਆ, ਲੋਕ ਉਹਨਾਂ ਨੂੰ ਵੀ ਘੇਰ ਰਹੇ ਆ। ਤੀਜੇ ਜਿਹੜੇ ਸਭ ਤੋਂ ਵੱਧ ਬੁੜਕਦੇ ਆ, ਮੈਂ ਗੱਲ ਕਰਦਾ ਜਿਹੜੇ ਗੱਲ ਕਰਦੇ ਵੀ ਬੇਅਦਬੀ ਵੇਲੇ ਐਂ ਨਹੀਂ ਕਰਦੇ ਜੀ, ਇਹ ਕਾਮਰੇਡ ਜੀ ਫਲਾਨਾ ਜੀ, ਮੈਂ ਕਹਿੰਦਾ ਬੇਅਦਬੀਆਂ ਦੇ ਮੁੱਦੇ ਦੇ ਉੱਤੇ, ਠੀਕ ਹੈ ਨਾ, ਬੰਦੀ ਸਿੰਘਾਂ ਦੀ ਰਿਹਾਈ ਦੇ ਉੱਤੇ ਪੂਰੀ ਕੌਮ ਵੱਲੋਂ ਕੌਮੀ ਇਨਸਾਫ਼ ਮੋਰਚਾ ਲੱਗਿਆ ਚੰਡੀਗੜ੍ਹ, ਫਿਰ ਜਾ ਕੇ ਉੱਥੇ ਖੜ ਜਾਣ। ਇਹ ਇਕੱਲੇ ਫੇਸਬੁੱਕ 'ਤੇ ਘਰੇ ਬੈਠੇ ਬਾਈ ਜੀ ਭੌਂਕਣ ਵਾਲੇ ਲੋਕ ਨੇ, ਇਹ ਘਰੇ ਬੈਠੇ ਸਿਰਫ ਕੀ ਉਹਨਾਂ ਚੀਜ਼ਾਂ ਦੇ ਉੱਤੇ ਟਿੱਪਣੀਆਂ ਕਰਨਗੇ, ਜਾਣਦਾ ਵੀ ਐਂ ਕਰ ਲਓ ਐਂ ਕਰ ਲਓ, ਜਾਂ ਬਾਹਰ ਬੈਠੇ ਮੈਂ ਕਿ ਬਿਆਨ ਦੇਈ ਜਾਂਦੇ ਆ। ਜੇ ਮੈਂ ਕਿਹਾ ਇੰਨਾ ਚਾਅ ਹੈਗਾ ਤੁਹਾਨੂੰ, ਠੀਕ ਹੈ ਨਾ, ਮੈਂ ਕਹਿੰਦਾ ਇੱਥੇ ਆ ਕੇ ਧਰਾਤਲ ਦੇ ਉੱਕੇ ਲੜਾਈ ਲੜੋ, ਇਸ ਲੜਾਈ ਨੂੰ ਕਿਸਾਨਾਂ ਤੱਕ ਸੀਮਤ ਰਹੇ, ਪੰਜਾਬ ਦੀ ਕਿਸਾਨੀ ਤੱਕ ਨਹੀਂ ਮੁਲਕ ਦੀ ਕਿਸਾਨੀ ਦੀ ਇਹ ਲੜਾਈ ਬਣਾਉਣੀ ਪਊਗੀ। ਉਹਦੇ ਵਾਸਤੇ ਆਈਸੋਲੇਟ ਸਰਕਾਰ ਕਰਨਾ ਚਾਹੁੰਦੀ ਆ, ਜੇ ਅਸੀਂ ਉਹੀ ਨੈਰੇਟਿਵ ਦੇ ਨਾਲ ਰਲ ਕੇ ਉਹਨਾਂ ਦਾ ਸਾਥ ਦਿੰਦੇ ਹਾਂ, ਫਿਰ ਅਸੀਂ ਸਟੇਟ ਦੇ ਹੱਥ ਠੋਕੇ ਹਾਂ, ਅਸੀਂ ਸਟੇਟ ਦੇ ਮੈਂ ਕਿ ਕੀ ਆ, ਮੈਂ ਕਹਿੰਦਾ ਵੀ ਉਹਨਾਂ ਦੇ ਬੰਦੇ ਹਾਂ, ਸਾਨੂੰ ਇਸ ਲੜਾਈ ਦਾ ਮੈਂ ਕਿ ਮਕਸਦ ਸਮਝਣਾ ਪਊਗਾ। ਸਭ ਤੋਂ ਵੱਡੀ ਗੱਲ ਇਹ ਆ, ਅਤੇ ਨੈਰੇਟਿਵ ਤੋੜਨੇ ਪੈਣਗੇ। ਹੁਣ ਮੀਡੀਆ ਦੇ ਨੈਰੇਟਿਵ ਕੀ ਆ, ਆਪਣੇ ਆਪ ਹੀ ਟੁੱਟ ਰਹੇ ਆ, ਦੇਖੋ ਕਲਾ ਵਰਤ ਰਹੀ ਆ। ਫਿਰ ਨੈਸ਼ਨਲ ਮੀਡੀਆ ਦਾ ਇੱਕ ਪੱਤਰਕਾਰ ਜਿਹੜਾ ਸ਼ਰੇਆਮ ਕਿਸਾਨਾਂ ਨੂੰ ਭੰਡ ਰਿਹਾ ਸੀ, ਲੋਕਾਂ ਨੂੰ ਬਦਨਾਮ ਕਰ ਰਿਹਾ ਸੀ, ਕੱਲ੍ਹ ਉਹਦੇ ਆਪਦੇ ਫੈਰ ਲੱਗ ਜਾਂਦਾ। ਹੁਣ ਇੱਕ ਪਾਸੇ ਹਰਿਆਣੇ ਵਾਲੇ ਕਹਿ ਰਹੇ ਆ, ਸਰਕਾਰ ਕਹਿੰਦੀ ਵੀ ਇਸ ਤਾਂ ਕੋਈ ਅਟੈਕ ਨਹੀਂ ਕੀਤਾ, ਕੋਈ ਗੋਲੀ ਨਹੀਂ ਚਲਾਈ, ਅਤੇ ਉਹਨੂੰ ਜਦੋਂ ਪੱਤਰਕਾਰ ਜਿਹੜਾ ਉੱਥੇ ਦਿੱਲੀ ਆਪਦੇ ਮੱਕ ਜਾਂ ਹੈੱਡ ਆਫਿਸ 'ਤੇ ਬੈਠੀ, ਉਹਨੂੰ ਪੁੱਛ ਰਹੀ ਆ ਵੀ ਤੁਸੀਂ ਰਿਪੋਰਟ ਕਿਉਂ ਨਹੀਂ ਦੇ ਰਹੇ, ਰਿਪੋਰਟ ਦਿਓ ਫਲਾਨਾ ਦਿਓ, ਕਹਿੰਦਾ ਮੇਰੇ ਗੋਲੀ ਵੱਜੀ ਆ।
ਤਾਂ ਇਟ ਮੀਨਸ ਕੀ ਆ, ਉਹਨਾਂ ਦਾ ਪੱਤਰਕਾਰ ਜਿਹੜਾ ਕੀ ਆ ਨੈਰੇਟਿਵ ਕਿਸਾਨਾਂ ਦੇ ਖਿਲਾਫ਼ ਬਣਾ ਰਿਹਾ ਸੀ। ਕੱਲ੍ਹ ਇੱਕ ਸਤਿੰਦਰਪਾਲ ਨਾਂ ਦਾ ਪੁਲਿਸ ਮੁਲਾਜ਼ਮ ਫੜਿਆ ਜਾਂਦਾ, ਉਹ ਤੁਸੀਂ ਜਾਣਦੇ ਹੋਵੋਗੇ ਉੱਥੋਂ ਬਾਰਡਰ ਤੋਂ, ਜਿਹੜਾ ਫੜਿਆ ਤੁਸੀਂ ਵੀ ਉੱਥੇ ਮੌਜੂਦ ਸੀ, ਜਿਹੜਾ ਉਹ ਫੜਿਆ ਗਿਆ ਸਤਿੰਦਰਪਾਲ ਉਹ ਪੁਲਿਸ ਮੁਲਾਜ਼ਮ ਸੀ, ਉਹ ਕਿਸਾਨੀ ਦੇ ਭੇਜ ਦੇ ਵਿੱਚ ਕਿਸਾਨਾਂ ਦੇ ਭੇਜ ਇੱਧਰ ਬੈਠਾ ਰਿਪੋਰਟ ਕਰ ਰਿਹਾ ਸੀ। ਜਦੋਂ ਉਹਨੂੰ ਫੜ ਲਿਆ ਕਿ ਉਹਦੇ ਫੋਨ ਦੇ ਵਿੱਚ ਵਾਰ ਵਾਰ ਇੰਟੈਲੀਜੈਂਸ ਦੇ ਉੱਧਰਲੀ ਦੇ ਫੋਨ ਆ ਰਹੇ ਸੀ, ਕੋਈ ਫੋਟੋ ਭੇਜ, ਕੋਈ ਹੋਰ ਭੇਜ, ਤਾਂ ਇਹ ਜਿਹੜਾ ਸਾਰਾ ਨੈਰੇਟਿਵ ਕੀ ਆ ਇਹ ਆਪਣੇ ਆਪ ਹੀ ਟੁੱਟ ਰਿਹਾ, ਲੋਕਾਂ ਨੂੰ ਸਮਝ ਆ ਰਹੀ ਆ। ਲੋਕ ਵੀ ਕੀ ਆ ਪੰਜਾਬ ਦੇ ਪੂਰੇ ਮਾ ਕੇ ਮੁਲਕ ਦੇ ਅਤੇ ਦੁਨੀਆਂ ਦੇ ਲੋਕਾਂ ਨੂੰ ਅਸੀਂ ਇੱਕੋ ਗੱਲ ਕਹਿਣਾ ਚਾਹੁੰਦਾ ਕਿ ਲੜਾਈ ਕਿਸਾਨੀ ਦੀ ਹੋਣ ਦੀ ਨਹੀਂ, ਮੈਂ ਕਹਿੰਦਾ ਸਾਡੀ ਸਾਰਿਆਂ ਦੀ ਹੋਣ ਦੀ ਆ, ਇਕੱਲੇ ਇੱਥੋਂ ਦੇ ਕਿਸਾਨਾਂ ਦੀ ਨਹੀਂ ਪੂਰੀ ਦੁਨੀਆਂ ਦੇ ਕਿਸਾਨਾਂ ਦੀ ਹੋਣ ਦੀ ਆ, ਅਤੇ ਕਿਸਾਨੀ ਨੇ ਸਾਡਾ ਢਿੱਡ ਭਰਨਾ, ਠੀਕ ਹੈ ਨਾ। ਕੋਈ ਬੰਦਾ ਕੀ ਆ ਕਿਸਾਨੀ ਤੋਂ ਬਿਨਾਂ ਬਾਈ ਜੀ ਕੁਛ ਸਾਰੀ ਹਰੇਕ ਜਿਹੜੀ ਪ੍ਰੋਡਕਟ ਆ ਉੱਥੋਂ ਪੈਦਾ ਹੋਣੀ ਆ, ਤਾਂ ਸਾਡਾ ਹੱਕ ਬਣਦੇ ਨਾਲ ਸਾਥ ਦਿੰਦਾ। ਜੇ ਯੂਰਪ ਦਾ ਕਿਸਾਨ ਵੀ ਸੜਕਾਂ 'ਤੇ ਆ, ਜਰਮਨ ਦੇ ਵਿੱਚ ਜਿੰਨਾ ਵਿਰੋਧ ਹੋ ਰਿਹਾ ਸਾਰਾ ਪੰਜਾਬ ਦੇ ਤਰੀਕੇ ਨੂੰ ਸਿੱਖ ਕੇ ਹੋ ਰਿਹਾ, ਪਿਛਲੇ ਅੰਦੋਲਨ ਨੂੰ ਸਿੱਖ ਕੇ ਹੋ ਰਿਹਾ। ਤਾਂ ਇਸੇ ਕਰਕੇ ਅਸੀਂ ਇਹੀ ਗੱਲ ਕਹਿੰਦੇ ਹਾਂ ਕਿ ਅੱਜ ਜਿਹੜਾ ਨੈਰੇਟਿਵ ਉਭਾਰਿਆ ਜਾ ਰਿਹਾ ਉਹ ਨੈਰੇਟਿਵ ਤੋੜਨ ਦੀ ਲੋੜ ਆ, ਉਹਦੇ ਵਿੱਚ ਜੇ ਤੁਸੀਂ ਹਿੱਸਾ ਪਾ ਸਕਦੇ ਹੋ, ਠੀਕ ਹੈ ਨਾ। ਤਾਂ ਮੈਂ ਸਾਰਿਆਂ ਨੂੰ ਇੱਕ ਹੀ ਬੇਨਤੀ ਕਰਦਾ, ਸਾਰੇ ਕਿਸਾਨ ਆਗੂਆਂ ਨੂੰ ਵੀ ਬੇਨਤੀ ਆ ਕਿ ਉਹ ਸਾਰੇ ਕਿਸਾਨ ਆਗੂ ਅੱਜ ਸਾਰਾ ਕੁਛ ਆਪਸੀ ਰੰਜਿਸ਼ਾਂ ਭੁਲਾ ਕੇ ਜਿਵੇਂ ਮਿਸਲਾਂ ਇਕੱਠੀਆਂ ਹੁੰਦੀਆਂ ਸੀ ਅੱਜ ਇਕੱਠੇ ਹੋਣ, ਠੀਕ ਹੈ। ਜਿਹੜੇ ਜਿਹੜੇ ਫਰੰਟ 'ਤੇ ਲੜਾਈ ਲੜਨੀ ਆ ਉੱਥੇ ਭਾਵੇਂ ਇੰਡੀਵਿਜੁਅਲੀ ਲੜੀ ਜਾਣ, ਪਰ ਉੱਥੇ ਇਕੱਠੇ ਦਿਸਣੇ ਚਾਹੀਦੇ ਆ। ਅਤੇ ਜਿੰਨੇ ਵਰਗ ਨੇ ਅਲੱਗ ਅਲੱਗ ਵਪਾਰੀ ਵਰਗ ਆ, ਵੈਸੇ ਵਪਾਰੀ ਵਰਗ ਵੀ ਸਾਥ ਦੇ ਰਿਹਾ, ਕੱਲ੍ਹ ਲੁਧਿਆਣੇ ਦਾ ਬੜਾ ਵੱਡਾ ਮਾ ਕੇ ਵਪਾਰੀ ਲੋਕ ਇਕੱਠੇ ਹੋ ਕੇ ਉਹ ਵੀ ਮੋਰਚੇ 'ਚ ਸ਼ਾਮਿਲ ਹੋ ਰਹੇ ਆ। ਅਤੇ ਮੈਂ ਕਹਿੰਦਾ ਵੀ ਇੱਕ ਲੋਕਾਂ ਨੂੰ ਫਿਰ ਸਮਝ ਆ ਚੁੱਕੀ ਆ, ਸਰਕਾਰ ਸੋਚਦੀ 5-7 ਹਜ਼ਾਰ ਬੰਦਾ ਵੱਧ ਤੋਂ ਵੱਧ ਆਊ, ਅਤੇ ਮੈਂ ਕਹਿੰਦਾ ਲੋਕ ਜਿਹੜੇ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ 'ਚ ਪਹੁੰਚ ਰਹੇ ਆ। ਇਹ ਪਹਿਲਾਂ ਵਾਲੇ ਮਾ ਕੇ ਕਿਸਾਨਾਂ ਨੂੰ ਵੀ ਕਿਸਾਨ ਆਗੂ ਨੂੰ ਕੁਛ ਨਹੀਂ ਲੱਗਦਾ ਕਿ ਖਾਣੇ ਸਾਡੇ ਜਥੇਬੰਦੀ ਦੇ ਅਸੀਂ ਲੈ ਕੇ ਗਏ ਹਾਂ, ਲੋਕ ਆਪ ਮਹਾਰੇ ਗਏ ਸੀ, ਹੁਣ ਵੀ ਕੀ ਆ ਜਿਹੜੇ ਲੋਕ ਨੇ ਆਪ ਮਹਾਰੇ ਜਾ ਰਹੇ ਆ, ਜਿਹੜੀਆਂ ਜਥੇਬੰਦੀਆਂ ਕਿਤੇ ਨਾ ਕਿਤੇ ਖੜੋਤ ਦੇ ਵਿੱਚ ਹੀ ਖੜੀਆਂ ਸੀ, ਸਾਥ ਨਹੀਂ ਦੇ ਰਹੀਆਂ ਸੀ। ਮੈਂ ਇੱਕੋ ਗੱਲ ਕਹਿਣਾ, ਅੱਜ ਮੌਕਾ ਕਈਆਂ ਦੇ ਦਿਮਾਗ 'ਚ ਭੁਲੇਖਾ ਵੀ ਟਾਈਮ ਲੰਘ ਗਿਆ, ਲੋਕ ਸਭਾ ਦਾ ਬਜਟ ਸੈਸ਼ਨ ਲੰਘ ਗਿਆ, ਕਾਨੂੰਨ ਬਣਾਉਣ ਵਾਸਤੇ ਭਾਅ ਜੀ ਸਪੈਸ਼ਲ ਸੈਸ਼ਨ ਕੀ ਹੱਥ ਨੂੰ ਸੱਦਿਆ ਜਾ ਸਕਦਾ, ਇੱਕ ਕਾਨੂੰਨ ਬਣਾਉਣਾ, ਅਸੀਂ ਜਿਹੜੀ ਗਰੰਟੀ ਕਹਿੰਦੇ ਹਾਂ ਗਰੰਟੀ ਸਾਨੂੰ ਦੇ ਦੇਣੀ, ਅਸੀਂ ਤਾਂ ਉਹਦੀ ਵਾਪਸ ਮਾ ਕੇ ਸਾਡੇ ਲੋਕ ਆ ਜਾਣਗੇ, ਪਰ ਲੋਕ ਐਤਕੀ ਗਾਹਾਂ ਵੀ ਅੱਪੜਨਗੇ, ਅਗਵਾਈ ਕਰਨ ਵਾਲੇ ਲੋਕ ਕਾਬਲ ਵੀ ਹੈਗੇ ਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜਾ ਠੱਪਾ ਲੱਗਿਆ ਸੀ, ਠੀਕ ਹੈ ਨਾ, ਉਹ ਜਿਹਨਾਂ ਨੇ ਵਿੱਚ ਰਿਹਾ ਸੀ, ਮੈਂ 26 ਨੂੰ ਨਾਲ ਸੀ, ਅਸੀਂ ਦੇਖਿਆ ਉੱਥੇ ਜਿਹੜਾ ਕੁਛ ਵਾਪਰਿਆ, ਉਹ ਲੋਕ ਕਾਬਲ ਨੇ, ਅਗਵਾਈ ਵੀ ਕਰਨ ਦੇ ਸਮਰੱਥ ਨੇ। ਸਿਰਫ ਨੌਜਵਾਨਾਂ ਨੂੰ ਇੱਕ ਬੇਨਤੀ ਹੈਗੀ ਆ ਕਿ ਉਹ ਵੀ ਜਾਣ ਨੂੰ ਤਿਆਰ ਨੇ, ਕੋਈ ਪਿੱਛੇ ਨਹੀਂ ਹਟਦਾ, ਕੋਈ ਵੀ ਆਗੂ ਪਿੱਛੇ ਨਹੀਂ ਹਟਦਾ। ਪਰ ਐਤਕੀ ਇੱਕ ਜ਼ਰੂਰ ਹੈਗਾ ਵੀ ਜਿਹੜਾ ਨੈਰੇਟਿਵ ਕੱਲ੍ਹ ਵੀ ਉੱਥੇ ਬਣਾਇਆ ਗਿਆ ਜੀ ਇਹ ਇੱਧਰੋਂ ਅਟੈਕ ਕਰਦੇ ਆ, ਸਾਡੇ ਵਾਲਿਆਂ ਨੇ ਜਿਹੜੇ ਅਟੈਕ ਨਹੀਂ ਕਰ ਰਹੇ, ਡਿਫੈਂਸਿਵ ਨੇ, ਹੁਣ ਅਸੀਂ ਟਰੈਕਟਰ ਤਿਆਰ ਕੀਤੇ ਨੇ, ਹੁਣ ਤੁਸੀਂ ਉੱਥੇ ਦੇਖਿਆ ਹੋਊ ਮਾ ਕੇ ਜਿਹੜੀਆਂ ਜੈਕਟਾਂ ਵਗੈਰਾ ਤਿਆਰ ਹੋਈਆਂ ਉਹਨਾਂ ਦੀਆਂ ਸਾਰੀਆਂ, ਜਿਨ੍ਹਾਂ ਨੇ ਜਾ ਕੇ ਬੈਰੀਗੇਡ ਚੱਕਣੇ ਆ, ਸਾਨੂੰ ਵੀ ਟਾਈਮ ਮਿਲਿਆ, ਠੀਕ ਹੈ ਨਾ। ਤਾਂ ਉਹਦੇ ਵਾਸਤੇ ਸਾਰੀ ਤਿਆਰੀ ਕੀਤੀ ਜਾ ਰਹੀ ਆ। ਹੁਣ ਕਈ ਕਹਿੰਦੇ ਜੇ ਵਾਟਰ ਕੈਨਨ ਲਈ ਫਿਰਦੇ ਹੋ, ਵਾਟਰ ਕੈਨਨ ਨਹੀਂ, ਸਾਡੇ ਤਾਂ ਸਪਰੇਆਂ ਵਾਲੇ ਪੰਪ ਨੇ, ਉਹਦੇ ਨਾਲ ਬਾਈ ਜਿਹੜੇ ਮੈਂ ਕਿਹਾ ਸਿੱਟਦੇ ਆ ਉੱਧਰੋਂ ਬੰਬ, ਉਹਨਾਂ ਨੂੰ ਸਿਰਫ ਅਸੀਂ ਕੀ ਆ ਪਾਣੀ ਦੇ ਨਾਲ ਉਹਨੂੰ ਕਵਰ ਕਰਨਾ, ਰੋਕਣਾ, ਉਹਦਾ ਜਿਹੜਾ ਪ੍ਰਭਾਵ ਘੱਟ ਸਕੇ। ਵੱਡੇ ਪੱਖੇ ਲਿਆਂਦੇ ਜਾ ਚੁੱਕੇ ਤਾਂ ਕਿ ਜਿਹੜਾ ਮੈਂ ਕਿ ਧੂੰਆਂ ਆਉਣਾ ਉਹਦਾ, ਠੀਕ ਹੈ ਨਾ, ਉਹ ਸਾਰਾ ਉੱਧਰ ਨੂੰ ਧੱਕਿਆ ਜਾ ਸਕੇ। ਹੁਣ ਦੂਜਾ ਜਿਹੜਾ ਕੱਲ੍ਹ ਨੂੰ ਤੁਸੀਂ ਸਾਰੇ ਜਾਣਦੇ ਹੋ ਭੰਦੇਰ ਸਾਹਿਬ ਸਟੇਜ ਤੋਂ ਮਾ ਕੇ ਬੋਲ ਰਹੇ ਆ, ਗੱਲ ਚੱਲ ਰਹੀ ਆ, ਤਾਂ ਉਸੇ ਸਮੇਂ ਦੇ ਦੌਰਾਨ ਕੀ ਆ ਉਹ ਉੱਚੀ ਉੱਚੀ ਅਨਾਊਂਸਮੈਂਟ ਕਰ ਰਿਹਾ ਕਿ ਆਪਾਂ ਸ਼ਾਂਤੀ ਬਣਾ ਕੇ ਰੱਖਣੀ ਆ, ਨੌਜਵਾਨ ਨੂੰ ਅੱਗੇ ਨਾ ਜਾਓ, ਤਾਂ ਲਿਆ ਕੇ ਉਹਨਾਂ ਦੀ ਸਟੇਜ ਦੇ ਕੋਲੇ ਕੀ ਆ ਉੱਥੇ ਅਥਰੂ ਕਹਿੰਦਾ ਬੰਬ ਸਿੱਟਿਆ ਜਾਂਦਾ। ਕਿਉਂ ਸਿੱਟਿਆ ਗਿਆ? ਕਿਉਂਕਿ ਉਹ ਭੜਕਾਹਟ ਪੈਦਾ ਕਰ ਰਹੇ ਆ, ਜਾਣ ਬੁੱਝ ਕੇ ਇੱਕ ਪਾਸੇ ਗੱਲ ਕਰ ਰਿਹਾ ਵੀ ਤਾਂ ਗੱਲ ਕਰਨੀ ਚਾਹੁੰਦੇ ਆ, ਅਤੇ ਭੱਜਿਆ ਕਿਹੜਾ ਗੱਲ ਕਰਨ ਤੋਂ, ਇਹ ਮੌਕਾ ਨਹੀਂ ਦੇਣਾ ਚਾਹੁੰਦੇ, ਇਸੇ ਕਰਕੇ ਅੱਜ ਵੀ ਗੱਲਬਾਤ ਵਾਸਤੇ ਤਿਆਰ ਖੜੇ ਆ। ਦੂਜਾ ਫਿਰ ADGP ਮੈਂ ਕਿ ਜਸਕਰਨ ਸਿੰਘ ਨੂੰ ਨਾਲ ਲੈ ਕੇ ਖੇਤਾਂ ਵਾਲੇ ਪਾਸੇ ਜਾਂਦੇ ਆ, ਉਹ ਦੱਸ ਰਹੇ ਸੀ ਮੇਰਾ ਫੋਨ ਕੀ ਆ, ਇਹਨਾਂ ਨੇ ਟਰੇਸ 'ਤੇ ਲਾਇਆ ਵਾ, ਜਦੋਂ ਮੈਂ ਪਾਸੇ ਆਇਆ ਲੋਕੇਸ਼ਨ ਆਉਂਦੀ ਜਾਂਦੀ ਆ, ਤਾਂ ਉੱਧਰੋਂ ਇੱਕ ਫਾਇਰ ਵੱਜਦਾ, ਉਹ ਜਿਹੜੇ ਮੈਂ ਕਿ ਮੈਂ ਕਹਿੰਦਾ ਭੰਦੇਰ ਸਾਹਿਬ ਦੇ ਨਾਲ ਇੱਕ ਨੌਜਵਾਨ ਮੈਂ ਕਿ ਉਹਨਾਂ ਦਾ ਆਗੂ ਹੀ ਸੀਗਾ, ਉਹ ਨੌਜਵਾਨ ਦੇ ਫਾਇਰ ਵੱਜ ਜਾਂਦਾ, ਅਤੇ ਨਾਲ ADGP ਜਸਕਰਨ ਸਿੰਘ ਵੀ ਨਾਲ ਮੌਜੂਦ ਆ ਮੌਕੇ 'ਤੇ, ਅਤੇ ਸਾਰਾ ਕੁਝ ਜਿਹੜਾ ਹੈਗਾ ਇਹ ਲੋਕਾਂ ਦੇ ਸਾਹਮਣੇ ਆ ਚੁੱਕਿਆ। ਤੁਹਾਡੇ ਵਰਗੇ ਭਰਾ ਜਿਹੜੇ ਉੱਥੇ ਵਿੱਚ ਵਰਦੀਆਂ 'ਚ ਮੈਂ ਕਿ ਸੱਟਾਂ ਵੀ ਖਾ ਰਹੇ ਆ, ਕੱਲ੍ਹ ਸ਼ਾਮ ਵਾਲੀ ਪ੍ਰੈਸ ਕਾਨਫਰੰਸ ਮੈਂ ਕਿ ਕੁਛ ਪੱਤਰਕਾਰ ਵੀਰਾਂ ਦਾ ਰੋਸ ਸੀਗਾ, ਉਹਨਾਂ ਨਾਲ ਬੜਾ ਧੱਕਾ ਮੁੱਕੀ ਉੱਥੇ ਹੋ ਰਿਹਾ। ਉਹ ਜਿਹੜੇ ਨੌਜਵਾਨ ਕਾਰਨ ਉਹਨੂੰ ਸੋਚਣਾ ਚਾਹੀਦਾ ਕਿ ਅੱਜ
ਸਾਰਾ ਮੀਡੀਆ ਬੰਦ ਹੋਣ ਦੇ ਬਾਵਜੂਦ ਦੁਨੀਆਂ 'ਚ ਆਵਾਜ਼ ਇਹਨਾਂ ਪੱਤਰਕਾਰਾਂ ਕਰਕੇ ਪਹੁੰਚੀ ਆ। ਉਹ ਭਰਾਵਾਂ ਨੂੰ ਸਾਰਿਆਂ ਨੂੰ ਉੱਥੇ ਸਪੋਰਟ ਕਰਨੀ ਚਾਹੀਦੀ ਆ। ਬੇਸ਼ੱਕ ਮੈਂ ਕਹਿਣਾ ਸਾਡੀ ਕੋਈ ਨੈਗੇਟਿਵ ਵੀ ਕਰਦਾ, ਕਰਨ ਦਿਓ ਬਾਈ ਜੀ, ਮੈਂ ਕਹਿਣਾ ਵੀ ਗੱਲ ਤਾਂ ਲੋਕਾਂ 'ਚ ਜਾਣੀ ਚਾਹੀਦੀ ਆ। ਲੋਕ ਮੂਰਖ ਨਹੀਂ ਹੈਗੇ, ਲੋਕ ਸਮਝਦੇ ਆ। ਅਤੇ ਇਹ ਮੰਗਾਂ ਜਿਹੜੀਆਂ ਆਪਣੀਆਂ ਸਾਰੀਆਂ ਹੈਗੀਆਂ ਨੇ ਬਾਈ, ਦੋ ਤਿੰਨ ਮੰਗਾਂ ਆਪਾਂ ਪਹਿਲਾਂ ਗੱਲ ਵੀ ਕਰ ਲਈ, ਮੈਂ ਨਾ ਜਿਹੜੀਆਂ ਮੇਨ 9 ਮੰਗਾਂ ਨੇ ਉਹਦੇ 'ਚੋਂ ਇੱਕ ਵੀ ਮੰਗ ਪਰਸਨਲ ਮੈਨੂੰ ਦੱਸ ਦਿਓ, ਜਿਹੜੀ ਪਹਿਲੀ ਮੇਨ ਮੰਗ ਆ ਉਹਦੇ ਵਿੱਚ ਜਿਹੜਾ ਸਾਡੇ ਵੱਲੋਂ ਮਤਲਬ ਕੀਤੀ ਗਈ ਆ ਜਿਹੜੀ ਡਿਮਾਂਡ ਆ, ਉਹ ਵਿਦੇਸ਼ੀ ਏਜੰਸਾਂ 'ਤੇ ਇੰਪੋਰਟ ਡਿਊਟੀ ਕੀ ਆ ਲਾਉਣ ਦੀ ਆ, ਵੀ ਤੁਸੀਂ ਹਟਾਉਣਾ ਚਾਹੁੰਦੇ ਆ ਇਹ, ਤਾਂ ਕਿ ਬਾਹਰੋਂ ਅਸੀਂ ਚੀਜ਼ਾਂ ਮੰਗਾ ਲਈਏ, ਰੇਟ ਸਾਡੇ ਕੀ ਆ ਸਾਨੂੰ ਹੋਰ ਘੱਟ ਮਿਲਣਗੇ। ਇਹ ਕਿਸਾਨ ਦੀ ਕੀ ਆ ਢਿੱਡ ਨਾਲ ਜੁੜੀ ਮੰਗ, ਇਹ ਮੰਗ ਜੇ ਕਰ ਰਹੇ ਆ MSP ਦੀ ਗਰੰਟੀ ਦੀ ਗੱਲ ਕਰਦੇ ਆ। ਤੀਜਾ ਬਾਈ ਜੀ, ਜਿਹੜਾ ਮਾਡਲ ਐਕਟ ਹੈਗਾ ਜੀ, ਜੇ ਜ਼ਮੀਨ ਐਕਵਾਇਰ ਕਰਦੇ ਉਹ 'ਚ ਕਿਸਾਨ ਦੀ ਸਹਿਮਤੀ ਦੀ ਲੋੜ ਹੀ ਨਹੀਂ, ਇਹ ਗਲਤ ਐਕਟ ਆ ਜਿਹੜਾ, ਇਹਦੀ ਵਿਰੋਧ ਤਾਂ ਕੀਤੀ ਜਾ ਰਹੀ ਆ। ਫਿਰ ਕਰਜ਼ਾ ਖਤਮ ਕਰਨ ਦੀ ਜਿਹੜੀ ਮੰਗ ਆ, ਠੀਕ ਹੈ ਨਾ, ਉਦੋਂ ਬਾਅਦ ਜਿਹੜਾ ਬਿਜਲੀ ਐਕਟ 2023 ਉਹਦੇ ਵਿੱਚੋਂ ਖੇਤੀ ਇਹਨਾਂ ਨੇ ਕੱਢਣ ਦੀ ਗੱਲ ਕਰਦੀ ਆ, ਵੀ ਮੈਂ ਕਿ ਖੇਤੀ ਸਬਸਿਡੀ ਕਹਿੰਦੇ ਜਾਰੀ ਰਹੂਗੀ ਬਿਜਲੀ ਐਕਟ ਦੇ, ਮੈਂ ਕਿ ਇਹਦੇ ਨਾਲ ਬੰਦ ਨਹੀਂ ਹੁੰਦੀ। ਪਰ ਮੈਂ ਕਹਿਣਾ ਵੀ ਜਦੋਂ ਮਰਜ਼ੀ ਬੰਦ ਕਰ, ਕਾਨੂੰਨ ਬਣਾ ਲਿਆ ਜਦੋਂ ਅਗਲਿਆਂ ਨੇ, ਠੀਕ ਹੈ ਨਾ, ਜਦੋਂ ਮਰਜ਼ੀ ਕਰ ਸਕਦੇ ਆ, ਇਸੇ ਕਰਕੇ ਉਹ ਸਾਰਾ ਕਾਨੂੰਨ ਵਾਪਸ ਲੈਂਦੀ ਆ। ਪੋਲਿਊਸ਼ਨ ਐਕਟ ਬਾਈ ਜੀ, ਇਹਨਾਂ ਨੇ ਕਿਹਾ ਕਿ ਉਹ ਤੁਸੀਂ ਜਿਹੜਾ ਹੈਗਾ ਉਹਦੇ ਵਿੱਚ ਇਹ ਕਹਿੰਦੇ ਵੀ ਅਸੀਂ ਖੇਤੀਬਾੜੀ ਦੀ ਜਿਹੜੀ ਪਰਾਲੀ ਆ, ਪਰਾਲੀ ਨੂੰ ਵਿੱਚੋਂ ਕੱਢਤਾ, ਪਰ ਅਸੀਂ ਕਹਿੰਦੇ ਪੂਰੀ ਖੇਤੀ ਨੂੰ ਵਿੱਚੋਂ ਕੱਢੋ ਜਿਹੜਾ ਪੋਲਿਊਸ਼ਨ ਸਾਡੇ 'ਤੇ ਨਹੀਂ। ਸਭ ਤੋਂ ਵੱਧ ਪੋਲਿਊਸ਼ਨ ਦਾ ਫੈਕਟਰੀਆਂ ਕਰੀ ਜਾਂਦੀਆਂ ਨੇ, ਡਾਇੰਗ ਵਾਲੀਆਂ ਫੈਕਟਰੀਆਂ ਲੁਧਿਆਣੇ ਦੀਆਂ, ਪੂਰੇ ਮਗਰ ਧਰਾਤਲ ਨੂੰ ਗੰਦਾ ਕਰ ਚੁੱਕੀਆਂ, ਪੂਰੇ ਮੁਲਕ ਦੀ ਡਾਇੰਗ ਲਿਆ ਕੇ ਲੁਧਿਆਣੇ ਲਾਤੀ ਆ, ਅਤੇ ਮਗਰ 200-400 ਫੁੱਟ ਡੂੰਘੇ ਬੋਰ ਕਰਕੇ ਉੱਥੇ ਜਿਹੜਾ ਉਹਨਾਂ ਨੇ ਗੰਦ ਪਾਇਆ ਹੋਇਆ ਉਹਦਾ ਮਾ ਕੇ ਵਿਰੋਧ ਕਰਨਾ ਬਣਦਾ। ਅਤੇ ਉਹੀ ਕਹਿੰਦਾ ਕਿ ਇਕੱਲੇ ਸਾਡੇ 'ਤੇ ਮੈਂ ਇਹ ਲਾਗੂ ਨਾ ਹੋਵੇ, ਪੂਰੀ ਖੇਤੀ ਨੂੰ ਇਹ 'ਚੋਂ ਬਾਹਰ ਕੱਢੋ। ਫਿਰ WTO ਜਿਹੜਾ ਕੀ ਆ, ਉਹ ਕਹਿੰਦੇ ਵੀ ਖੇਤੀ ਸੈਕਟਰ ਨੂੰ WTO 'ਚੋਂ ਬਾਹਰ ਕੱਢ ਦਿਓ, ਤੁਸੀਂ ਜੰਮ ਵਪਾਰ ਕਰੋ, ਅਸੀਂ ਨਹੀਂ ਰੋਕਦੇ। ਉਦੋਂ ਅਗਲਾ ਜਿਹੜਾ ਬਾਕੀ ਜਿਹੜੇ ਸਾਰੇ ਰਹਿ ਜਾਂਦੇ ਬਾਈ ਜੀ, ਇੱਕ ਆਦਿਵਾਸੀਆਂ ਦਾ ਸੰਵਿਧਾਨ ਦੀ ਜਿਹੜੀ 5 ਸੂਚੀ ਆ, ਠੀਕ ਹੈ ਨਾ, ਉਹਦੇ 'ਚ ਹੁਣ ਕੀਤਾ ਕੀ ਜਾ ਰਿਹਾ ਬਾਈ ਜੀ, ਇਹਨਾਂ ਦੇ ਵੱਲੋਂ ਮੈਂ ਕਿ ਛੱਤੀਸਗੜ੍ਹ ਦੇ ਵਿੱਚ ਜਗ੍ਹਾ ਅਕਵਾਇਰ ਕੀਤੀ ਜਾ ਰਹੀ ਹੈ ਕਾਰਪੋਰੇਟਾਂ ਵੱਲੋਂ, ਮੈਂ ਕਿ ਆਦਿਵਾਸੀਆਂ ਨੂੰ ਉੱਥੋਂ ਉਜਾੜਿਆ ਜਾ ਰਿਹਾ। ਉਹ ਆਦਿਵਾਸੀ ਪੰਜਾਬ 'ਚ ਤਾਂ ਰਹਿੰਦੇ ਨਹੀਂ, ਉਹ ਵੀ ਮੇਨ ਮੰਗ ਆ ਇਹਨਾਂ ਦੀ, ਠੀਕ ਹੈ ਨਾ। ਬਾਕੀ ਤਾਂ ਬਾਏ ਪ੍ਰੋਡਕਟ ਜਿਹੜੇ ਹੈਗਾ, ਲਖੀਮਪੁਰ ਖੀਰੀ ਵਾਲਾ ਮਾ ਕੇ ਆ ਗਿਆ, ਉਹ ਤੋਂ ਬਾਅਦ ਦੇ ਬਾਏ ਪ੍ਰੋਡਕਟ ਜਿਹੜੇ ਕੀ ਆ ਪਿਛਲੇ ਅੰਦੋਲਨ ਦੇ ਮਾ ਕੇ ਕਰਕੇ ਇਹਨਾਂ ਦੀਆਂ ਗਲਤੀਆਂ ਕਰਕੇ ਹੋਏ ਨੇ, ਇਨਸਾਫ ਮੰਗਿਆ ਜਾ ਰਿਹਾ, ਉਹਨਾਂ ਨੂੰ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ, ਜਿਹੜਾ 700 ਸਾਡਾ ਉੱਥੇ 750 ਬੰਦਾ ਸ਼ਹੀਦ ਹੁੰਦਾ ਉਹਨਾਂ ਵਾਸਤੇ ਕੀਤਾ ਜਾ ਰਿਹਾ। ਬੜੀ ਹਾਸੋਹੀਣੀ ਗੱਲ ਆ, 13 ਤਰੀਕ ਨੂੰ ਅਸੀਂ ਜਾ ਕੇ ਉੱਥੇ ਲੜਾਈ ਲੜਦੇ ਹਾਂ, 13 ਤਰੀਕ ਨੂੰ ਅਖਬਾਰ ਦੇ ਵਿੱਚ ਉਸੇ ਮਿਸ਼ਰੇ ਦੇ ਮੁੰਡੇ ਨੂੰ ਕੀ ਆ ਪਰਮਾਨੈਂਟ ਜ਼ਮਾਨਤ ਦਿੱਤੀ ਜਾ ਰਹੀ, ਉਸੇ 13 ਦੇ ਅਖਬਾਰ 'ਚ ਆਈ ਹੋਈ ਆ। ਇਹ ਮੈਂ ਕਿ ਜਿਹੜੀਆਂ ਗੱਲਾਂ ਨੇ ਲੋਕ ਸਾਰੇ ਸਮਝ ਚੁੱਕੇ ਆ, ਅਤੇ ਨੈਰੇਟਿਵ ਕੀ ਆ ਤੋੜਨ ਦੀ ਲੋੜ, ਅੱਜ ਸਿਰਫ ਜਿਹੜਾ ਸਟੇਟ ਬਣਾਉਣਾ ਚਾਹੁੰਦਾ, ਅੱਜ ਅਖਬਾਰਾਂ 'ਚ ਇਸ਼ਤਿਹਾਰ ਦੇਣਾ, ਮੈਂ ਕਹਿੰਦਾ ਵੀ ਇਹਨਾਂ ਦੀ ਬਦਨੀਤ ਨੂੰ ਮੈਂ ਕਿ ਦਿਖਾ ਰਿਹਾ, ਉਹ ਇਸ਼ਤਿਹਾਰ ਦੇਖ ਕੇ ਮੈਂ ਗਰੰਟੀ ਕਰਦਾ ਕਿ ਕੋਈ ਸਮਝੌਤੇ ਵਾਲੀ ਗੱਲ 'ਤੇ ਨਹੀਂ ਆਉਣਗੇ। ਇਹ ਸਿਰਫ ਆ 15 ਦਿਨ ਟਪਾਉਣਾ ਚਾਹੁੰਦੇ ਆ, ਅਤੇ ਸਾਡੇ ਕੋਲ ਆਹੀ 15 ਦਿਨ। ਮੈਂ ਹੱਥ ਬੰਨ ਕੇ ਬੇਨਤੀ ਕਰਦਾ ਸਮੁੱਚੇ ਜਿਹੜੇ ਸਾਡੇ ਕੀ ਆ ਕਿਸਾਨ ਸੰਗਠਨ ਨੇ, ਸਾਡੇ ਨੌਜਵਾਨ ਵੀਰ ਨੇ, ਪੂਰੇ ਮੁਲਕ ਦੇ ਕਿਸਾਨਾਂ ਨੂੰ ਅਤੇ ਬਾਹਰ ਬੈਠਿਆਂ ਨੂੰ ਵੀ, ਸਾਨੂੰ ਆਈਸੋਲੇਟ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਕਿ ਇੱਕ ਤਾਂ ਉਹ 'ਚ ਭਾਗੀਦਾਰ ਨਾ ਬਣੀਏ, ਉਹਨਾਂ ਜਿਹੜੇ ਭਕਾਈ ਮਾਰਨ ਵਾਲੇ ਲੋਕ ਸੋਸ਼ਲ ਮੀਡੀਆ 'ਤੇ ਇਕੱਲੀ ਦੇ ਪ੍ਰਚਾਰ ਕਰਨ ਵਾਲੇ, ਉਹਨਾਂ ਤੋਂ ਥੋੜ੍ਹਾ ਜਿਹਾ ਵੱਖਰੇ ਮਾ ਕੇ ਵੱਖਰੇ ਹੋ ਕੇ ਸਾਨੂੰ ਖੜ੍ਹਨਾ ਪਊਗਾ। ਅਤੇ ਤੀਜੀ ਗੱਲ ਮਾ ਕੇ ਜੀ ਇਹੀ ਹੈ ਕਿ ਜਿੰਨੇ ਸਾਡੇ ਮਾ ਕੇ ਲੋਕ ਨੇ, ਅੱਜ ਜਿਵੇਂ ਪੋਲੀਟੀਕਲ ਪਾਰਟੀਆਂ ਨੇ ਇਹਨਾਂ ਸਾਰਿਆਂ ਨੂੰ ਜੂਤ ਮਾਰ ਕੇ ਇੱਕੋ ਗੱਲ ਕਹੋ ਕਿ ਵੋਟ ਮੰਗਣ ਤਾਂ ਆਏ, ਉਹ ਸਟੇਜ ਤੋਂ ਉੱਥੇ ਅਫੀਸ਼ੀਅਲ ਬਿਆਨ ਜਾਰੀ ਹੋਣ। ਰਾਹੁਲ ਗਾਂਧੀ ਨੂੰ ਉੱਥੇ ਸਵਾਲ, ਮੈਂ ਕਹਿੰਦਾ ਸਟੇਜ ਤੋਂ ਭੰਦੇਰ ਵਰਗਿਆਂ ਨੂੰ, ਡੱਲੇਵਾਲ ਸਾਹਿਬ ਨੂੰ ਕਰਨਾ ਚਾਹੀਦਾ ਕਿ ਪੂਰੇ ਮੁਲਕ ਦੇ ਵਿੱਚ ਤੁਸੀਂ ਆਪਦੀ ਜੇ ਪਾਰਟੀ ਦੇ ਇੰਨੇ ਹਮਾਇਤੀ ਹੈਗੇ ਹੋ ਤਾਂ ਸਾਰੀਆਂ ਰਾਜਧਾਨੀਆਂ ਘੇਰੋ, ਹਜ਼ਾਰ ਹਜ਼ਾਰ ਬੰਦਾ ਕਾਂਗਰਸ ਵਾਸਤੇ ਇੱਕ ਸਟੇਟ 'ਚੋਂ ਕੱਢਣਾ ਕੋਈ ਔਖਾ ਨਹੀਂ ਹੈ। ਤਾਂ ਮੈਂ ਕਹਿੰਦਾ ਵੀ ਮੈਸੇਜ ਸਪਰੈਡ ਕਰਨ ਵਾਸਤੇ ਤੁਸੀਂ ਸਿਰਫ ਇਕੱਲੇ ਕੀ ਆ ਗੋਂਗਲੀਆਂ ਤੋਂ ਮਿੱਟੀ ਨਾ ਝਾੜੋ, ਪੋਲੀਟੀਕਲ ਪਾਰਟੀਆਂ ਨੂੰ ਜੂਤ ਮਾਰ ਕੇ ਉਹਨਾਂ ਨੂੰ ਕਹੋ ਕਿ ਨਾਲ ਖੜ੍ਹਨਾ, ਤਾਂ ਫਿਰ ਚੰਗੀ ਤਰ੍ਹਾਂ ਖੜੋ, ਸਿਰਫ ਵੋਟ ਨੀਤੀ ਨਾ, ਵੋਟਾਂ ਵਾਲੀ ਨੀਤੀ ਨਾ ਕਰੋ, ਫਿਰ ਤੁਹਾਡੇ 'ਤੇ ਯਕੀਨ ਵੀ ਕਰਾਂਗੇ ਕਿ ਹਾਂ ਤੁਸੀਂ ਆ ਕੇ ਕੀ ਆ ਲਾਗੂ ਕਰੋਗੇ। ਆਹੀ 15 ਦਿਨ ਨੇ, 15 ਦਿਨਾਂ ਜਦੋਂ ਚੋਣ ਜਾਬਤਾ ਲੱਗ ਜਾਣਾ ਫਿਰ ਸਾਡਾ ਅੰਦੋਲਨ ਕੀ ਆ ਠੰਡੇ ਵਾਸਤੇ ਪੈ ਜਾਣਾ, ਠੀਕ ਹੈ ਨਾ, ਲੋਕਾਂ ਨੂੰ ਵਾਪਸ ਵੀ ਫਿਰ ਮੁੜਨਾ ਹੀ ਪੈਣਾ, ਕਿਉਂਕਿ ਫਿਰ ਸਰਕਾਰ ਕੋਈ ਰਹਿਣੀ ਨਹੀਂ, ਮੰਗ ਕਿਤੋਂ ਕਰਨੀ ਆ।
ਇਸੇ ਕਰਕੇ ਸਾਡੀ ਇਹ ਹੈ ਕਿ ਆਹੀ 15 ਦਿਨ ਸਾਥ ਦੀ ਲੋੜ ਆ ਅਤੇ ਬਾਕੀ ਜਥੇਬੰਦੀਆਂ ਵੀ ਡੀਕਣ ਨਾ, ਜਿਵੇਂ 16 ਤੋਂ ਬਾਅਦ 18 ਨੂੰ ਫੈਸਲਾ ਕਰਨ ਦੀ ਗੱਲ ਕਰਦੇ ਆ, ਇਹ 18 ਡੀਕਣ ਦੀ ਲੋੜ ਨਹੀਂ, ਹੁਣ ਤੱਕ ਇਹ ਜੁੱਟ ਜਾਣਾ ਚਾਹੀਦਾ ਸਾਰਿਆਂ ਨੂੰ ਦਿਲ ਖੋਲ੍ਹ ਕੇ, ਨਾ ਉਹਨਾਂ ਨੂੰ ਸੋਚਣਾ ਜਾਂ ਜਿਹੜੇ ਬੈਠੇ ਆ, ਠੀਕ ਹੈ ਨਾ, ਪੰਨੂ ਅੱਗੇ ਭੰਦੇਰ ਸਾਹਿਬ ਹੈਗੇ ਆ ਜਾਂ ਡੱਲੇਵਾਲ ਸਾਹਿਬ ਹੈਗੇ, ਉਹਨਾਂ ਨੂੰ ਵੀ ਇਹ ਚੀਜ਼ ਸੋਚਣੀ ਨਹੀਂ ਚਾਹੀਦੀ। ਕੱਲ੍ਹ ਵੀ ਉਹਨਾਂ ਨੇ ਮੈਂ ਇੱਕ ਗੱਲ ਕਹੀ ਆ, ਉਹ ਕਹਿੰਦੇ ਵੀ ਅਸੀਂ ਧੰਨਵਾਦ ਕਰਦੇ ਹਾਂ, ਅਤੇ ਮੈਂ ਕਿਹੜਾ ਇਹ ਖੁੱਲ੍ਹੇ ਦਿਲ ਨਾਲ ਕਹਿੰਦੇ ਵੀ ਆਉਣ, ਕਿਉਂਕਿ ਇਹ ਮਸਲਾ ਬਾਈ ਜੀ ਇਕੱਠੇ ਹੋਏ ਬਿਨਾਂ ਨਿਬੜਨਾ ਵੀ ਹੈ ਨਹੀਂ, ਸਾਰਿਆਂ ਨੂੰ ਸਿਰ ਵੀ ਜੋੜਨੇ ਪੈਣਗੇ, ਤਾਕਤ ਇਕੱਠੀ ਕਰਨੀ ਪੈਣੀ ਆ, ਨਹੀਂ ਫਿਰ ਲੋਕ ਆਪ ਮੁਹਾਰੇ ਆ ਕੇ ਉੱਥੇ ਪਹੁੰਚ ਵੀ ਜਾਣਗੇ। ਪਰ ਜੇ ਇਹ ਅੰਦੋਲਨ ਹਰ ਗਿਆ ਨਾ, ਫਿਰ ਪੰਜਾਬ ਬਾਈ ਜੀ ਕਦੇ ਜਿੱਤ ਨਹੀਂ ਸਕਣਾ, ਅਤੇ ਇਸ ਅੰਦੋਲਨ ਨੂੰ ਲੜਨਾ ਵੀ ਜ਼ਰੂਰੀ ਆ, ਅਤੇ ਇਸ ਅੰਦੋਲਨ ਦੇ ਕੀ ਆ ਜਿਹੜੇ ਸਿੱਟੇ ਨੇ ਬੜੀ ਛੇਤੀ ਨਿਕਲ ਜਾਣੇ ਆ, ਸਾਨੂੰ 15 ਦਿਨ ਤੋਂ ਵੱਧ ਟਾਈਮ ਨਹੀਂ ਲੱਗਣਾ, ਪਰ ਲੋੜ ਇਕੱਠੇ ਹੋਣ ਦੀ ਆ, ਹੁਣ ਟਾਈਮ ਨਾ ਡੀ ਕੇ ਉਹ 16 ਨੂੰ ਕੱਲ੍ਹ ਦੇ ਬੰਦ ਦੀ ਵੀ ਸਪੋਰਟ ਕਰਿਓ, ਇਸ 'ਤੇ ਇਹੀ ਕਹਿਣੇ ਆ ਕਿ ਉਸ ਤੋਂ ਬਾਅਦ ਸਿਰ ਜੋੜ ਕੇ ਆ ਕੇ ਖੜ੍ਹ ਜਾਓ ਮੈਦਾਨ ਦੇ ਵਿੱਚ, ਬਾਕੀ ਜਥੇਬੰਦੀਆਂ ਵੀ ਨਾਲ ਆ ਕੇ ਖੜ੍ਹ ਜਾਣ, ਅਤੇ ਇਕੱਠੇ ਆ ਕੇ ਆਪਾਂ ਹੰਬਲਾ ਮਾਰੀਏ। ਮੈਂ ਕਹਿੰਦਾ ਜੰਤਰ ਮੰਤਰ ਤੋਂ ਜੇ ਇੱਕ ਬੰਦਾ ਰਿਟਾਇਰ ਫੌਜੀ ਇੰਨਾ ਹਜ਼ਾਰੇ ਵਰਗਾ ਬੈਠ ਕੇ ਇੱਕ ਸਥਾਪਿਤ ਪਾਰਟੀ ਦੀਆਂ ਪਰਮਾਨੈਂਟ ਜੜਾਂ ਪੱਟ ਸਕਦਾ, ਤਾਂ ਫਿਰ ਕਿਸਾਨ ਦਾ ਬਹੁਤ ਕੁਛ ਕਰ ਸਕਦੇ। ਬਿਲਕੁਲ, ਇਹੀ ਸਾਡੀ ਆਸ ਹੈ ਜੀ। ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ ਜੀ। ਜੀ ਤਾਂ ਗੱਲਬਾਤ ਕੀਤੀ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਇਹ ਅੰਦੋਲਨ ਨੂੰ ਲੈ ਕੇ, ਲੋਕਾਂ ਦੇ ਮਨਾਂ ਵਿੱਚ ਬੜੇ ਸਵਾਲ ਸੀ, ਉਹਨਾਂ ਦੀ ਉਮੀਦ ਕਰਦੇ ਕਿ ਤੁਹਾਨੂੰ ਉੱਤਰ ਮਿਲ ਗਏ ਹੋਣੇ ਆ, ਅਤੇ ਨਾਲ ਹੀ ਸਾਡੇ ਵੱਲੋਂ ਵੀ ਇਹ ਬੇਨਤੀ ਕਿ 15 ਦਿਨ, ਜਿਵੇਂ ਉਹਨਾਂ ਨੇ ਕਿਹਾ ਕਿ 15 ਦਿਨ ਨੇ, 15 ਦਿਨਾਂ ਦੇ ਵਿੱਚ ਜੇਕਰ ਕੁਝ ਹੋ ਗਿਆ ਤਾਂ ਠੀਕ ਹੈ, ਨਹੀਂ ਤਾਂ ਉਹਦੇ ਅੰਜਾਮ ਬੁਰੇ ਹੋਣਗੇ। ਤਾਂ ਲੋਕਾਂ ਨੂੰ ਇਕੱਠੇ ਹੋਣ ਦੀ ਲੋੜ ਆ, ਸਾਰੇ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਅੰਦੋਲਨ ਲੜਨ ਦੀ ਲੋੜ ਹੈ। ਉਮੀਦ ਕਰਦੇ ਹਾਂ ਸਾਰੀ ਜਾਣਕਾਰੀ ਮਿਲੇਗੀ। ਦੇਖਦੇ ਰਹੋ ਲੋਕਲ ਟੀਵੀ। ਧੰਨਵਾਦ।